ਗੁਰਬਾਣੀ ਅਖੰਡ ਬਾਣੀ ਚੈਨਲ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਰਜੀਤ ਕੌਰ ਖਾਲਸਾ ਫਤਿਹ ਅਰਜ਼ ਕਰਦੀ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਹਾਜ਼ਰ ਆ ਪ੍ਰੋਗਰਾਮ ਭੱਕ ਦੇ ਮੁੱਦੇ ਦੇ ਵਿੱਚ। ਆਪ ਜੀ ਨੂੰ ਪਤਾ ਕਿ ਜੇ ਅਸੀਂ ਅੱਜ ਦੀ ਗੱਲ ਕਰੀਏ, 15 ਅਗਸਤ, ਜਿੱਥੇ ਗੱਲ ਕੀਤੀ ਜਾਂਦੀ ਹੈ ਕਿ 15 ਅਗਸਤ 1947 ਨੂੰ ਸਾਡਾ ਜਿਹੜਾ ਦੇਸ਼ ਆ ਉਹ ਆਜ਼ਾਦ ਹੋਇਆ ਸੀ, ਪਰ ਅਸੀਂ ਅਗਰ ਪਿਛੋਕੜ ਵੱਲ ਦੇਖੀਏ ਕਿ ਜਦੋਂ ਅਗਸਤ 1947 ਨੂੰ 10 ਲੱਖ ਜਿਹੜਾ ਸਿੱਖ ਕਤਲੇਆਮ ਹੋਇਆ ਸੀ, ਕਈ ਬਜ਼ੁਰਗ ਬੀਬੀਆਂ ਬੱਚੇ ਜਿਹੜੇ ਸੀ ਜਿਹਨਾਂ ਕਿ ਮਾਰੇ ਗਏ ਸੀਗੇ, ਅਸੀਂ ਅੱਜ ਉਹਨਾਂ 'ਤੇ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਲਈ ਸਾਡੇ ਨਾਲ ਬਹੁਤ ਹੀ ਸਾਡੀ ਸਤਿਕਾਰਯੋਗ ਸ਼ਖਸੀਅਤ ਮੌਜੂਦ ਹੈ, ਭਾਈ ਗੁਰਦਾਸ ਇੰਸਟੀਟਿਊਟ ਆਫ ਐਡਵਾਂਸ ਸਿੱਖ ਸਟੱਡੀ ਦੇ ਡਾਇਰੈਕਟਰ। ਹੁਣ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਅਸੀਂ ਦੱਸਣਾ ਚਾਹੁੰਦੇ ਹਾਂ ਕਿ ਭਾਈ ਹਰਸਿਮਰਤ ਸਿੰਘ ਜੀ, ਜਿਹੜੇ ਕਿ ਵਿਸ਼ਵ ਦੇ ਪ੍ਰਸਿੱਧ ਅਸੀਂ ਫਿਲੋਸਫਰ ਵੀ ਕਹਿ ਸਕਦੇ, ਕਿ ਅੱਜ ਤੱਕ ਉਹਨਾਂ ਨੇ ਕਈ ਸਾਡੀ ਕੌਮ ਦੇ ਝੋਲੀ ਦੇ ਵਿੱਚ ਇਹੋ ਜਿਹੀਆਂ ਬੁੱਕਸ ਪਾਈਆਂ ਜਿਹੜੀਆਂ ਕਿ ਸਾਡੇ ਕੌਮ ਨੂੰ ਸੇਧ ਦੇਣ ਵਾਲੀਆਂ ਹੁੰਦੀਆਂ। ਅਤੇ ਅਸੀਂ ਗੱਲਬਾਤ ਕਰਨ ਤੋਂ ਪਹਿਲਾਂ ਉਹਨਾਂ ਨਾਲ ਉਹਨਾਂ ਦੀ ਬੁੱਕਸ ਆਈ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਵਿਸਮਾਦੀ ਵਿਸ਼ਵ ਅਵਾਰਡ ਵਿਸ਼ਵ ਸੱਭਿਆਚਾਰ ਦੇ ਬਹੁਤ ਸੰਘ ਦੀ ਉਹਨਾਂ ਦੀ ਬੁੱਕਸ ਸੀ, ਜਿੱਥੇ ਅਸੀਂ ਦੱਸਦੇ ਕਿ ਥੋੜ੍ਹੇ ਦਿਨ ਹੀ ਹੋਈ ਹੈ ਜੇ ਜਿਹੜੀ ਕਿ ਬੁੱਕ ਹੈਗੀ ਉਹ ਪਬਲਿਸ਼ ਹੋਈ ਆ ਉਹਨਾਂ ਨੇ, ਇਹਦਾ ਸੈਮੀਨਾਰ ਵੀ ਹੋਇਆ, ਅਤੇ ਇਸ ਬਾਰੇ ਹੀ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਮੈਂ 1969 ਤੋਂ ਪੰਜ ਦੀ ਸੇਵਾ ਲਈ ਸਮਰਪਿਤ ਹਾਂ। 1969 'ਚ ਉਸ ਸਮੇਂ 19 ਸਾਲ ਦਾ ਸੀ ਅਤੇ ਨਵਾਂ ਨਵਾਂ ਪੰਜਾਬੀ ਸੂਬਾ ਬਣਿਆ ਸੀ, ਅਤੇ ਪੰਜਾਬੀ ਸੂਬਾ ਪੂਰਾ ਕਰਾਉਣ ਲਈ ਜੋ ਸੰਘਰਸ਼ ਉਸ ਸਮੇਂ ਚੱਲਿਆ ਚੰਡੀਗੜ੍ਹ ਪੰਜਾਬ ਨੂੰ ਲੈਣ ਲਈ ਜਾਂ ਪੰਜਾਬੀ ਦੇ ਇਲਾਕਿਆਂ ਲਈ, ਉਹ ਸੰਘਰਸ਼ ਅਸੀਂ ਪਏ ਸੀਗੇ। ਅਤੇ ਉਦੋਂ 69 ਦੇ ਵਿੱਚ ਬਾਬਾ ਸਰਦਾਰ ਦਰਸ਼ਨ ਸਿੰਘ ਫੇਰੂ ਮਾਨ ਜੀ ਦੀ ਸ਼ਹਾਦਤ ਹੋਈ ਸੀ ਚੰਡੀਗੜ੍ਹ ਦੀ ਪ੍ਰਾਪਤੀ, ਅਤੇ ਅਰਦਾਸ ਦੀ ਮਹੱਤਤਾ ਲਈ ਉਹਨਾਂ ਨੇ, ਜੋ ਉਸ ਸਮੇਂ ਸੰਤ ਫਤਿਹ ਸਿੰਘ ਨੇ ਅਰਦਾਸ ਕਰਕੇ ਨਹੀਂ ਸੀ ਉਸ ਅਗਨ ਕੁੰਡ 'ਚ ਬੈਠਾ, ਸੋ ਉਦੋਂ ਦੇ ਅਸੀਂ ਤੁਰੇ ਹੋਏ ਹਾਂ। ਸੋ ਇਸ ਨੂੰ ਜਦੋਂ ਮੈਂ ਪਿਛਲੇ ਝਾਤ ਮਾਰਦਾ, ਤਾਂ ਤਕਰੀਬਨ 52-53 ਸਾਲ ਦਾ ਇਹ ਸਫ਼ਰ ਹੈ ਮੇਰਾ। 69 ਤੋਂ 70 ਤੋਂ ਲੈ ਕੇ 1985 ਤੱਕ ਮੈਂ ਪੋਲੀਟੀਕਲ ਸੰਘਰਸ਼ ਲੜਿਆ, ਪੋਲੀਟੀਕਲ ਕੰਮ ਕੀਤਾ, ਸਿੱਖ ਫੈਡਰੇਸ਼ਨ ਦਾ ਵੀ ਮੁਖੀ ਰਿਹਾ 70-71-72 'ਚ। ਫਿਰ ਉਸ ਤੋਂ ਬਾਅਦ ਸੰਘਰਸ਼ ਰਹੇ, 1978 ਦੇ ਵਿੱਚ ਦਲ ਖਾਲਸਾ ਅਸੀਂ ਬਣਾਇਆ, ਜਦੋਂ ਅੰਮ੍ਰਿਤਸਰ ਵਿਖੇ ਸਿੰਘ ਸ਼ਹੀਦ ਹੋ ਗਏ ਸੀ, ਅਤੇ ਜੋ ਕੁਝ ਜਥੇਬੰਦੀਆਂ ਨੇ ਇਕੱਠੇ ਹੋ ਕੇ ਦਲ ਖਾਲਸਾ ਤੋਂ ਪ੍ਰੇਰਣਾ ਲੈ ਕੇ ਇਤਿਹਾਸ ਜੋ ਸੀ ਉਹ ਬਣਾਈ ਜਥੇਬੰਦੀ, ਉਸ ਵਿੱਚ ਵੀ ਕਾਫੀ ਸਿਰ ਅਸੀਂ ਕੰਮ ਕੀਤਾ। ਅਤੇ ਮੇਰੀ ਪਹਿਲੀ ਕਿਤਾਬ 1976-77 'ਚ ਆਈ ਸੀ, 78 'ਚ ਆਦੀ ਸਿੱਖ ਹੱਕਾਂ ਦੀ ਭੂਮਿਕਾ, ਸੌਖ ਸਭ ਦੀ ਕਿਤਾਬ ਸੀ। ਪਰ ਉਸ ਤੋਂ ਬਾਅਦ ਮੈਂ ਕਿਉਂਕਿ ਸੰਘਰਸ਼ ਰਿਹਾ ਅਤੇ ਫਿਰ ਜੇਲ੍ਹ ਵੀ ਕੱਟਣੀ ਪਈ, ਅਤੇ 1981 'ਚ ਹਵਾਈ ਜਹਾਜ਼ ਅਗਵਾ ਹੋਇਆ, ਸਭ ਤੋਂ ਪਹਿਲਾਂ ਜਿਹੜਾ ਸੰਤ ਜਰਨੈਲ ਸਿੰਘ ਭਿੰਡਰਾਂ ਦੀ ਰਿਹਾਈ ਵਾਸਤੇ ਹੋਇਆ ਸੀ, ਉਹਦੇ 'ਚ ਮੇਰੀ ਕੇਸ ਬਣ ਗਿਆ, ਸਾਜਿਸ਼ ਕੇਸ ਦਾ। ਸੋ ਉਹਦੇ ਪ੍ਰਥਾਏ ਕਾਫੀ ਜੇਲ੍ਹ 'ਚ ਰਹੇ, ਚਾਰ ਸਾਲ ਜੇਲ੍ਹ 'ਚ ਰਹੇ। ਸੋ 85 'ਚ ਮੈਂ ਜਦੋਂ ਰਿਹਾ ਹੋ ਕੇ ਅਨੰਦਪੁਰ ਸਾਹਿਬ ਆਪਣੀ ਧਰਤੀ 'ਤੇ, ਸਾਡਾ ਰਿਹਾਇਸ਼ ਵੀ ਹੈ, ਉੱਥੇ ਵੱਸ ਕੇ ਇੱਕ ਸਕੂਲ ਖੋਲ੍ਹਿਆ। ਅਤੇ 1999 'ਚ ਫਿਰ ਅਸੀਂ ਇਹ ਭਾਈ ਗੁਰਦਾਸ ਇੰਸਟੀਚਿਊਟ ਐਡਵਾਂਸ ਸਿੱਖ ਸਟੱਡੀ ਦਾ ਸਥਾਪਨਾ ਕੀਤੀ, ਇਹ ਸੋਚ ਕੇ ਕਿ ਜੋ ਪੰਥ ਦੀ ਐਡਵਾਂਸ ਭਵਿੱਖ ਦੀ ਕੀ ਦਿਸ਼ਾ ਹੋਵੇ, ਕੀ ਸਾਡਾ ਮਕਸਦ ਕੀ ਹੈ। 300 ਸਾਲ ਤੋਂ ਅਸੀਂ ਗੁਰੂ ਕਾਲ ਤੋਂ ਬਾਅਦ ਸੰਘਰਸ਼ ਕਰਦੇ ਆ ਰਹੇ, ਕਿਸੇ ਨੇ ਮਕਸਦ ਰਾਜ ਵੀ ਕੀਤੇ ਨੇ, ਪਰ ਸਾਨੂੰ ਪੂਰਨ ਤੌਰ 'ਤੇ ਸਫਲਤਾ ਕਿਉਂ ਨਹੀਂ ਮਿਲ ਰਹੀ। ਇੰਨੀ ਮਹਾਨ ਸਾਡੀ ਫਿਲਾਸਫੀ ਹੈ ਗੁਰੂ ਗ੍ਰੰਥ ਸਾਹਿਬ ਦੀ, ਔਰ ਇਸ ਦੇ ਪ੍ਰਥਾਏ ਜਦੋਂ ਅਸੀਂ ਦੁਨੀਆਂ ਨੂੰ ਪੁੱਛਦੇ ਹਾਂ ਤਾਂ ਦੱਸਦੇ ਹਾਂ, ਅਤੇ ਉਹ ਇਸ ਗੱਲ ਤੋਂ ਚਿੰਤਿਤ ਹੋ ਜਾਂਦੇ ਨੇ ਵੀ ਸਿੱਖਾਂ ਕੋਲ ਇੰਨਾ ਵੱਡਾ ਫਲਸਫਾ ਹੈ, ਇੰਨੀ ਵੱਡੀ ਫਿਲਾਸਫੀ ਨੰਬਰ ਦਿਸ਼ਾ ਹੈ ਗੁਰੂ ਗ੍ਰੰਥ ਸਾਹਿਬ ਦਿੰਦੇ ਨੇ, ਅਤੇ ਦੁਨੀਆਂ ਨੂੰ ਕੀ ਦੇਣਗੇ ਇਹ। ਜਿੱਥੇ ਅਸੀਂ ਗੱਲ ਕਰਦੇ ਕਿ ਵਰਤਮਾਨ ਸਮੇਂ ਦੇ ਵਿੱਚ ਤੁਸੀਂ ਸਿੱਖ ਪੰਥ ਦੀ ਦਸ਼ਾ ਅਤੇ ਦਿਸ਼ਾ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਦੇਖੋ ਜੀ, ਮੈਂ ਸਮਝਦਾ ਕਿ ਪਿਛਲੇ ਤਕਰੀਬਨ
1950 ਤੋਂ ਵਰਤਮਾਨ ਤੱਕ 4 ਸਿੱਖ ਜਨਰੇਸ਼ਨ ਜਿਹੜੀਆਂ ਨੇ ਉਹ ਪੰਥ ਦੀ ਸਾਹਮਣੇ ਆ ਚੁੱਕੀਆਂ ਨੇ। ਮੈਂ ਮਤਲਬ 20 ਸਾਲ ਦਾ ਜਨਰੇਸ਼ਨ ਗੈਪ ਦੇਖਦਾ ਜੀ। 20 ਸਾਲ ਦੇ ਕੇ ਬੱਚਾ ਜਵਾਨੀ ਤੋਂ ਅਧਖੜ ਉਮਰ 'ਚ ਆ ਜਾਂਦਾ, ਉਹ ਆਪਣੇ ਸਮੇਂ ਦੇ ਜੋ ਇਸ਼ੂਜ਼ ਹੁੰਦੇ ਨੇ ਉਹਨਾਂ ਨੂੰ ਐਡਰੈਸ ਕਰਦਾ। ਲੀਡਰਸ ਵੀ, ਸੰਸਥਾਵਾਂ ਵੀ, ਧਾਰਮਿਕ ਨੇ ਚਾਹੇ ਰਾਜਨੀਤਿਕ ਨੇ, ਲੇਕਿਨ ਇੱਕ ਇਹ ਵੀ ਸੱਚ ਹੈ ਕਿ ਅਸੀਂ ਸੰਘਰਸ਼ ਬਹੁਤ ਲੜਿਆ, ਅਸਫਲਤਾਵਾਂ ਵੀ ਬਹੁਤ ਦੇਖੀਆਂ ਨੇ। ਪੰਥ ਨੇ ਆਪਣਾ ਜਾਹੋ ਜਲਾਲ ਵੀ ਦੱਸਿਆ ਦੁਨੀਆ ਨੂੰ, ਲੇਕਿਨ ਅਸੀਂ ਕੋਈ ਪਿਛਲੇ ਸਮਿਆਂ ਦੇ ਵਿੱਚ ਜੋ 1947 ਸੱਟ ਲੱਗੀ, ਦੇਸ਼ ਆਜ਼ਾਦ ਨਹੀਂ ਸਾਡਾ ਹੋ ਸਕਿਆ, ਮਤਲਬ ਦੇਸ਼ ਨਹੀਂ ਮਤਲਬ ਪੰਜਾਬ ਆਜ਼ਾਦ ਨਹੀਂ ਹੋ ਸਕਿਆ। ਕਿਉਂਕਿ ਮੈਂ ਇਸ ਤਰ੍ਹਾਂ ਲੈਂਦਾ ਕਿ ਸਾਡਾ ਦੇਸ਼ ਪੰਜਾਬ ਹੈ, ਸਾਡਾ ਦੇਸ਼ ਭਾਰਤ ਤਾਂ ਬਣ ਗਿਆ ਨਾ ਜੀ। ਸਾਡਾ ਦੇਸ਼ ਬੇਸਿਕਲੀ ਪੰਜਾਬ ਦੀ ਉਹ ਜਿਹੜੀ ਧਰਤੀ ਸੀ ਜਿਹੜੀ ਕਿ ਅੰਗਰੇਜ਼ਾਂ ਨੇ ਸਭ ਤੋਂ ਅਖੀਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਜਿਹੜਾ ਸਾਰਾ ਪੰਜਾਬ ਸੀ ਉਹ ਆਪਣੇ ਕਬਜ਼ੇ 'ਚ ਲੈ ਲਿਆ। ਉਸ ਸਮੇਂ ਸਮਝਦਾ ਕਿ ਪੰਜਾਬ ਜੇਕਰ ਡਾਇਰੈਕਟ ਅੰਗਰੇਜ਼ਾਂ ਦੇ ਹਿੱਸੇ ਰਹਿੰਦਾ, ਮਤਲਬ ਕੰਟਰੋਲ 'ਚ ਰਹਿੰਦਾ ਸੀਗਾ, ਤਾਂ ਕੰਟਰੋਲ ਭਾਰਤ ਨਾਲ ਹੀ ਜੁੜ ਗਿਆ ਨਾ। ਲੇਕਿਨ ਜੇਕਰ ਇਹਦੀ ਵੱਖਰੀ ਆਈਡੈਂਟੀ ਬਣੀ ਰਹਿੰਦੀ ਉਹਦੀ, ਤੁਸੀਂ ਚਲੋ 1947 ਜਿਹੜੇ ਉਦੋਂ ਸੰਧੀਆਂ ਹੋਈਆਂ ਨੇ, ਭੈਰੋਵਾਲ ਦੀ ਸੰਧੀ ਹੈ ਚਾਹੇ ਲਾਹੌਰ ਦੀ ਸੰਧੀ ਹੈ, ਉਹਦੇ 'ਚ ਬੜਾ ਕੁਛ ਉਹਨਾਂ ਨੇ ਵਾਅਦਾ ਕੀਤਾ ਸੀ ਅੰਗਰੇਜ਼ਾਂ ਨੇ, ਪਰ ਉਹ ਪੂਰੀਆਂ ਨਹੀਂ ਹੋਈਆਂ। ਸੋ 47 'ਚ ਨਾ ਹੋਣ ਕਰਕੇ, ਇਸ ਵਾਸਤੇ ਕੰਪੈਕਟ ਔਰ ਇੰਟੈਗਰੇਟਡ ਮੂਵਮੈਂਟ ਨਾ ਹੋਣ ਕਰਕੇ ਸਾਡੇ ਆਗੂਆਂ ਨੇ ਸਾਡੀ ਤਕਦੀਰ ਭਾਰਤ ਨਾਲ ਜੋੜ ਗਈ ਜਾਂ ਜੁੜ ਗਈ, ਲੇਕਿਨ ਹੁਣ ਅਸੀਂ ਸਾਡੀ ਸੀਮਾਵਾਂ ਪਾ ਗਈਆਂ ਨੇ, ਅਸੀਂ ਭਾਰਤ ਸਿਸਟਮ 'ਚ ਰਹਿ ਕੇ ਕੰਮ ਕਰਨਾ। ਲੇਕਿਨ ਫਿਰ ਵੀ ਸਾਡੇ ਮੁੱਦੇ ਬਹੁਤ ਨੇ, ਸਾਡੇ ਵਾਅਦਾ ਕੀਤਾ ਗਿਆ ਸੀ ਕਿ ਭਾਰਤ ਦੇ ਸੰਵਿਧਾਨ ਨੂੰ ਸਾਨੂੰ ਸੇਫਗਾਰਡ ਦਿੱਤੀ ਜਾਣਗੀਆਂ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸੁਰੱਖਿਆ ਦਿੱਤੀ ਜਾਏਗੀ, ਸੰਵਿਧਾਨਕ ਸੁਰੱਖਿਆ, ਉਹ ਵੀ ਨਹੀਂ ਮਿਲੀ ਜੀ। ਪੰਜਾਬੀ ਸੂਬਾ ਨਹੀਂ, ਪੰਜਾਬੀ ਜ਼ਬਾਨ ਦੇ ਆਧਾਰ 'ਤੇ ਸੂਬਾ ਨਹੀਂ ਬਣਿਆ, ਉਸ ਨੂੰ ਪੂਰਾ ਕਰਾਉਣ ਲਈ ਅਸੀਂ ਸੰਘਰਸ਼ ਕਰਦੇ ਆਏ ਹਾਂ। ਫਿਰ ਜਿਹੜੀਆਂ ਸਿੱਖ ਮੰਗਾਂ ਨੇ, ਧਰਮਯੁੱਧ ਮੋਰਚਾ ਲੱਗਿਆ, ਯਾਨੀ ਇਹ ਕਿੰਨਾ ਪਿਛਲੇ ਸਾਲ ਦਾ ਸੰਘਰਸ਼ ਹੈ ਕਿ ਇੱਥੇ ਦੋ ਧਿਰਾਂ ਨੇ। ਇੱਕ ਧਿਰ ਤਾਂ ਸੱਤਾ ਦੇ ਵਿੱਚ ਆ ਗਈ, 66 ਤੋਂ ਬਾਅਦ ਸੱਤਾ 'ਚ ਰਾਜਨੀਤੀ ਆ ਗਈ ਸਾਡੀ, ਪਹਿਲਾਂ ਸੰਘਰਸ਼ੀ ਰਾਜਨੀਤੀ ਸੀ, ਉਹ ਸੱਤਾ 'ਚ ਆ ਗਏ, ਚਲੋ ਚੰਗਾ ਸੱਤਾ ਵਿੱਚ ਆਉਣਾ ਚਾਹੀਦਾ ਹੈ, ਲੇਕਿਨ ਸੱਤਾ ਇੱਕ ਤਰ੍ਹਾਂ ਦਾ ਸਾਧਨ ਹੁੰਦੀ ਹੈ ਨਾ ਕਿ ਅੰਤ ਹੁੰਦੀ ਹੈ। ਸਾਡੇ ਆਗੂਆਂ ਨੇ ਭਰਮ ਪਾ ਲਿਆ ਕਿ ਸੱਤਾ ਲਈ ਸੱਤਾ ਹੰਡਾਓ, ਜੋ ਸਾਡੇ ਮਕਸਦ ਨੇ ਸਾਡੇ ਪੰਥ ਦੇ ਗੁਰਬਾਣੀ ਦੇ, ਜਿਸ ਤਰ੍ਹਾਂ ਮਤਲਬ ਮਹਿਸੂਸ ਕਰਦੇ ਹਾਂ ਕਿ ਦੁਨੀਆ ਨੂੰ ਕੀ ਦੇਣਾ, ਉਹਦੇ ਸੱਤਾ ਕਿਵੇਂ ਸਾਧਨ ਹੁੰਦੀ ਹੈ, ਇਸ ਸੰਬੰਧੀ ਸਾਡੇ ਕੋਲ ਅੱਜ ਤੱਕ ਚੇਤਨਾ ਪੈਦਾ ਨਹੀਂ ਹੋਈ। ਅਤੇ ਜਿਹੜੀਆਂ ਦੂਜੀਆਂ ਸੰਘਰਸ਼ੀ ਧਿਰਾਂ ਨੇ ਉਹ ਵੀ ਸਪਸ਼ਟ ਨਹੀਂ ਸੀਗੀਆਂ ਕਿ ਅਸੀਂ ਕੀ ਕਰਨਾ ਹੈ। ਸੰਘਰਸ਼ ਇੱਕ ਬਾਦਲ ਦੇ ਖਿਲਾਫ਼ ਜਾਂ ਅਕਾਲੀ ਦਲ ਦੇ ਖਿਲਾਫ਼ ਲੜਦੇ ਲੜਦੇ ਅਸੀਂ ਇੱਥੇ ਤੱਕ ਪਹੁੰਚ ਗਏ ਕਿ ਅੱਜ ਦੇ ਹਾਲਾਤ ਦੇ ਵਿੱਚ ਨਾ ਬਾਦਲ ਰਿਹਾ, ਕਮਜ਼ੋਰ ਹੋ ਗਿਆ ਪਾਰਟੀ ਸਾਡੀ, SGPC ਵੀ ਕਮਜ਼ੋਰ ਹੋ ਗਈ, ਸੰਸਥਾਵਾਂ ਵੀਕ ਹੋ ਗਈਆਂ, ਅਕਾਲ ਤਖ਼ਤ ਵੀਕ ਹੋ ਗਿਆ, ਅਤੇ ਸਾਡੀਆਂ ਧਿਰਾਂ ਹੀ ਵੀਕ ਹੋ ਗਈਆਂ। ਸਲੇ ਬੜਾ ਖਿੰਡਾਓ ਹੈ, ਇਸ ਖਿੰਡਾਓ 'ਚ ਨਿਰਾਸ਼ਤਾ ਵੀ ਹੈ, ਨਿਰਾਸ਼ਤਾ ਵੀ ਹੈ ਅਤੇ ਕੁਝ ਕਰ ਸਕਣ ਦਾ ਜਜ਼ਬਾ ਵੀ ਹੈਗਾ। ਲੇਕਿਨ ਮੈਂ ਸਮਝਦਾ ਕਿ ਸਿੱਖ ਜਿਹੜੇ ਨੇ ਉਹਦੀ ਸਾਡਾ ਸੁਭਾਅ ਹੈ ਕਿ ਡਿੱਗਦੇ ਡਿੱਗਦੇ ਫਿਰ ਉੱਠ ਜਾਂਦੇ ਹਾਂ, ਸੋ ਇਸ ਕਰਕੇ ਅਸੀਂ ਉਸ ਸੰਘਰਸ਼ ਸਰਪੰਥ ਪਿਆ ਹੋਇਆ। ਅਸੀਂ 15 ਅਗਸਤ ਦੀ ਗੱਲ ਕਰਦੇ ਕਿ ਅੱਜ 15 ਅਗਸਤ ਨੂੰ ਸਾਰਾ ਭਾਰਤ ਆ ਜਿਹੜਾ ਕਿ ਸੁਤੰਤਰਤਾ ਦਿਵਸ ਮਨਾ ਰਿਹਾ ਹੈਗਾ, ਪਰ ਪੰਜਾਬ ਦੇ ਵਿੱਚ ਕਿਹਾ ਜਾਂਦਾ ਕਿ ਜਿਹੜੇ ਸਾਡੇ ਪੰਜਾਬੀਆਂ ਵਾਸਤੇ ਬਹੁਤ ਮੰਦਭਾਗਾ ਦੇਣ ਹੁੰਦਾ ਜਿੱਥੇ ਕਾਲਾ ਦਿਵਸ ਵਜੋਂ ਮਨਾਇਆ ਜਾਂਦਾ, ਉਸ ਬਾਰੇ ਤੁਸੀਂ ਕੀ ਕਹੋ? ਦੇਖੋ ਜੀ, ਇਹ ਕਾਲਾ ਦਿਵਸ ਤਾਂ ਇੱਕ ਤਰ੍ਹਾਂ ਦਾ ਸਾਡੀ ਪ੍ਰਤੀਕਿਰਿਆ ਹੈ ਨਾ, ਉਸ ਘਟਨਾ ਨੂੰ ਯਾਦ ਕਰਕੇ ਕਿ ਜਦੋਂ ਸਾਨੂੰ ਇੱਕ ਤਰ੍ਹਾਂ ਦਾ ਆਜ਼ਾਦੀ ਜਾਂ ਪੰਜਾਬ ਸਾਡਾ ਆਜ਼ਾਦ ਹੋਣਾ ਚਾਹੀਦਾ ਸੀਗਾ ਜਾਂ ਸਾਨੂੰ ਸੰਵਿਧਾਨਕ ਸੇਫਗਾਰਡ ਮਿਲਣੇ ਚਾਹੀਦੇ ਸੀਗੇ, ਉਹ ਸਾਨੂੰ ਨਹੀਂ ਮਿਲੇ, ਸਾਡਾ ਨਾ ਵਿਸ਼ਵਾਸਘਾਤ ਹੋਇਆ। ਮੈਂ ਇਹਨੂੰ ਸਮਝਦਾ ਕਿ ਇਹ ਸਾਡਾ ਕਾਲਾ ਦਿਨ ਤਾਂ ਹੈ ਲੇਕਿਨ ਵਿਸ਼ਵਾਸਘਾਤ ਦਿਵਸ ਹੈ, ਇਟ ਸ਼ੁੱਡ ਸੈਲੀਬ੍ਰੇਟਡ ਬਿਟਰੇਅਲ ਡੇ। ਦੇਖੋ, ਸਾ ਕਪੂਰ ਸਿੰਘ ਨੇ ਪਾਰਲੀਮੈਂਟ 'ਚ ਲੈਕਚਰ ਦਿੰਦਿਆਂ ਕਿਹਾ ਸੀ, ਅੱਜ ਤੋਂ ਯਾਦਗਾਰੀ ਸਪੀਚ ਉਹਨਾਂ ਦੀ, ਕਿ ਯੂ ਹੈਵ ਬਿਟਰੇਡ ਅਸ, ਬਿਟਰੇਅਲ ਆਫ ਦਾ ਸਿੱਖਸ। ਸੋ ਇਹ ਵਿਸ਼ਵਾਸਘਾਤ ਨੂੰ ਅਸੀਂ ਕਿਸੇ ਦਿਨ ਵੀ ਯਾਦ ਕਰ ਲਈਏ, ਲੇਕਿਨ ਸਾਡੀ ਇਹ ਹੈ ਕਿ ਜਿਹੜੀ ਜਨਰੇਸ਼ਨ ਜਦੋਂ ਅਸੀਂ ਸਿੱਖ ਫੈਡਰੇਸ਼ਨ 'ਚ ਹੁੰਦੇ ਸੀਗੇ, ਉਦੋਂ ਅਸੀਂ 73 ਦੇ ਵਿੱਚ, 72-73 ਦੇ ਵਿੱਚ ਜਲੰਧਰ 'ਚ
ਵਿਸ਼ਵਾਸ ਕਰਦੇ ਵੀ ਸਕਾਲੀ ਦਿਵਸ ਤੋਂ ਬਜਾਇਆ ਸੀ। ਅਤੇ ਕੌਮ ਮਨਾਉਂਦੀ ਆ ਰਹੀ ਹੈ ਆਪਣੀ ਉਸ ਨਵੀਂ ਜਨਰੇਸ਼ਨ ਨੂੰ ਇਸ ਜਿਤਾਉਣ ਵਾਸਤੇ ਕਿ ਭਾਈ ਨੌਜਵਾਨੋ ਸਾਡੇ ਨਾਲ ਬਹੁਤ ਕੁਝ ਵਾਪਰਿਆ ਅਤੇ ਅਸੀਂ ਅੱਗੇ ਵਧ ਜਾਣਾ। ਅਤੇ ਕਾਲਾ ਦਿਵਸ ਸਰਕਾਰਾਂ ਨੂੰ ਯਾਦ ਕਰਾਉਣ ਵਾਸਤੇ ਵੀ ਹੈ ਕਿ ਸਾਡੇ 'ਤੇ ਜੋ ਜਬਰ ਹੋ ਰਿਹਾ ਜਾਂ ਭਾਰਤੀ ਸਿਸਟਮ ਨੂੰ ਕਮਜ਼ੋਰ ਕੀਤਾ ਜਾ ਰਿਹਾ, ਫੈਡਰਲਿਜ਼ਮ ਨੂੰ, ਜਿਵੇਂ ਕਸ਼ਮੀਰ ਦਾ ਮੁੱਦਾ ਹੈਗਾ, ਇਹ ਸਾਰੇ ਮੁੱਦੇ ਲੈ ਕੇ ਕਾਲਾ ਦਿਵਸ ਮਨਾ ਰਹੇ ਲੋਕ। ਲੇਕਿਨ ਮੁੱਦਾ ਸਿਰਫ ਇਹ ਹੈ ਵੀ ਅਸੀਂ ਕਰਨਾ ਕੀ ਹੈ, ਕਾਲਾ ਦਿਵਸ ਮਨਾ ਕੇ ਅਸੀਂ ਕਹਿਣਾ ਕੀ ਚਾਹੁੰਦੇ ਹਾਂ, ਘੱਟੋ ਘੱਟ ਮੈਸੇਜ ਤਾਂ ਚੋਂ ਨਿਕਲਣਾ ਚਾਹੀਦਾ ਨਾ ਵੀ ਕੀ ਮੈਸੇਜ ਹੈ ਸਾਡਾ। ਜੇ ਕਾਲਾ ਦਿਵਸ ਹੈ ਤਾਂ ਅਸੀਂ ਇਹਨੂੰ ਚਾਨਣ ਦਿਵਸ ਕਿਵੇਂ ਮਨਾਉਣਾ ਹੈ? ਫਿਰ ਤੁਸੀਂ ਦੱਸੋ ਕਿ ਅਜੋਕੇ ਸਮੇਂ ਦੇ ਵਿੱਚ ਸਿੱਖ ਪੰਥ ਨੂੰ ਕੀ ਕਰਨਾ ਚਾਹੀਦਾ ਜਿਹਦੇ ਨਾਲ ਅਸੀਂ ਇਸ ਦੁਵਿਧਾਵਾਂ ਤੋਂ ਦੂਰ ਹੋ ਜਾਈਏ? ਦੇਖੋ, ਕਰਨਾ ਇਹ ਚਾਹੀਦਾ ਕਿ ਜਿਹੜੀ ਚੀਜ਼ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ ਨਾ ਜੀ, ਉਸ ਨੂੰ ਪੂਰਾ ਕਰੀਏ। ਜਿਹੜੇ ਮੈਂ ਕਰ ਰਿਹਾ, ਮੈਂ ਕੋਸ਼ਿਸ਼ ਕਰ ਰਿਹਾ ਇਸ ਵਾਸਤੇ, ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਮੈਂ ਕਿਤਾਬਾਂ ਲਿਖੀਆਂ ਨੇ, ਸਾਰਾ ਕੀਤਾ, ਮੈਂ ਸਮਝਦਾ ਜੀ ਕਿ ਸਾਡੀ ਜਿਹੜੀ ਸੰਘਰਸ਼ ਹੈ ਨਾ ਜੀ, ਉਹ ਸੰਘਰਸ਼ ਅਸੀਂ ਛੋਟੇ ਛੋਟੇ ਮੁੱਦਿਆਂ 'ਤੇ ਬਹੁਤ ਲੜਦੇ ਆ ਰਹੇ ਹਾਂ। ਆਗੂ ਵੀ ਆਪਣੇ ਆਗੂ ਪਾਉਣਾ ਜਾਂ ਸੰਸਥਾ ਨੂੰ ਬਣਾ ਬਚਾ ਕੇ ਰੱਖਣ ਵਾਸਤੇ ਕੋਈ ਨਾ ਕੋਈ ਸੰਘਰਸ਼ ਪਾ ਹੀ ਰੱਖਦੇ ਨੇ। ਸਰਕਾਰਾਂ ਵੀ ਕਰਦੀਆਂ ਨੇ, ਸਰਕਾਰਾਂ ਸਾਨੂੰ ਉਲਝਾਇਆ ਹੋਇਆ, ਸਰਕਾਰਾਂ ਨੇ ਇੱਕ ਮੁੱਦੇ 'ਤੇ ਦੂਜੇ ਮੁੱਦੇ 'ਤੇ ਅਸੀਂ ਉਲਝੇ ਪਏ ਹਾਂ। ਉਲਝਾਉਣ ਦੇ ਵਿੱਚ ਅਸੀਂ ਜਿਹੜਾ ਇਹ ਜਿਹੜੀਆਂ ਮਤਲਬ ਦਿਨ ਵੀ ਮਨਾਉਂਦੇ ਹਾਂ, ਚਾਹੇ ਹੁਣ ਜਿਵੇਂ ਗੁਰੂ ਨਾਨਕ ਸਾਹਿਬ ਦਾ 550ਵਾਂ ਦਿਵਸ ਹੈ, ਇਹ ਵੀ ਅਸੀਂ ਮਤਲਬ ਆਪਣੇ 'ਚ ਚੇਤਨਾ ਪੈਦਾ ਕਰਨ, ਚਾਹੇ ਅਕਾਲੀ ਦਲ ਮਨਾ ਰਹੇ ਚਾਹੇ ਦੂਜੇ ਕਾਰਨ ਵੀ, ਚਲੋ ਗੁਰੂ ਨਾਨਕ ਸਾਹਿਬ ਦੇ ਦਿਵਸ ਵੀ ਮਨਾਈਏ। ਪਰ ਮੂਲ ਮੁੱਦਾ ਹੈ ਕਿ ਅਸੀਂ ਇੰਨੀਆਂ ਸ਼ਤਾਬਦੀਆਂ ਮਨਾ ਚੁੱਕੇ ਹਾਂ, ਪਿਛਲੇ 20 ਸਾਲ ਦੇ ਵਿੱਚ ਅਸੀਂ ਅਨੇਕਾਂ ਸ਼ਤਾਬਦੀਆਂ ਮਨਾਈਆਂ, ਖਾਲਸਾ ਸਾਜਨਾ ਦਿਵਸ ਤੋਂ ਵੀ ਸਾਡਾ ਇੰਨਾ ਪੈਸਾ ਲੱਗ ਚੁੱਕਾ ਹੈ, ਟ੍ਰਿਲੀਅਨਸ ਆਫ ਰੁਪਈ ਸਾਡਾ ਲੱਗ ਚੁੱਕਿਆ। ਅਸੀਂ ਇੰਨੇ ਲੰਗਰ, ਇੰਨੇ ਨਗਰ ਕੀਰਤਨ ਕੱਢਦੇ ਕੱਢਦੇ ਅਸੀਂ ਇੱਥੇ ਥੱਕ ਵੀ ਗਏ ਹਾਂ, ਲੇਕਿਨ ਸਾਡਾ ਪੰਥ ਤਾਂ ਬਣਿਆ ਕੁਛ ਨਹੀਂ। ਸੋ ਮੈਂ ਸਮਝਦਾ ਕਿ ਇਹ ਜਿਹੜੀ ਸਾਡੀ ਅੱਜ ਦੀ ਜਨਰੇਸ਼ਨ ਹੈ, ਉਸ ਨੂੰ ਇਸ ਪ੍ਰਥਾ ਬੜਾ ਸੁਚੇਤ ਹੋਣਾ ਚਾਹੀਦਾ ਕਿ ਅਸੀਂ ਪਹਿਲਾਂ ਆਪਣੇ ਆਪ ਨੂੰ ਵਿਚਾਰਧਾਰਕ ਤੌਰ 'ਤੇ ਮਜ਼ਬੂਤ ਕਰੀਏ ਕਿ ਸਾਡੀ ਵਿਚਾਰਧਾਰਾ ਕੀ ਹੈ, ਅਸੀਂ ਸਾਡੀ ਫਿਲੋਸਫੀ ਕੀ ਹੈ, ਗੁਰੂ ਗ੍ਰੰਥ ਸਾਹਿਬ ਦਾ ਮੈਸੇਜ ਕੀ ਹੈ ਦੁਨੀਆ ਪ੍ਰਤੀ। ਦੇਖੋ, ਭਾਈ ਗੁਰਦਾਸ ਜੀ ਵੀ ਕਹਿੰਦੇ ਨੇ, ਜਗਤ ਜਲੰਦਾ ਰੱਖ ਲੈ, ਬਾਬਾ ਦੇਖੇ ਅਤੇ ਅੰਤਰ ਜਲਤੀ ਸਭ ਪ੍ਰਿਥਵੀ ਦੇਸਾਈ, ਬਾਬੇ ਬਾਰੇ ਉਹਨਾਂ ਨੇ ਬਾਬਾ ਨਾਨਕ ਪ੍ਰਤੀ ਕਿਹਾ। ਅਤੇ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਸੋ ਜਲ ਮਨ ਹੈ, ਮਨੁੱਖ ਦਾ ਅਸ਼ਾਂਤ ਹੋ ਗਿਆ, ਸੰਸਾਰ ਜਲ ਰਿਹਾ, ਉਦੋਂ ਵੀ ਜਲਦਾ ਰਿਹਾ, ਹੁਣ ਵੀ ਜਲ ਰਿਹਾ, ਹਰ ਦਾ ਆਪਣਾ ਕੰਸੈਪਟ ਹੈ। ਲੇਕਿਨ ਸਿੱਖਾਂ ਦੇ ਕੋਲ ਜਿਹੜੀ ਫਿਲਾਸਫੀ ਹੈ, ਜਾਂ ਸਿੱਖ ਜਿਹੜੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਫਿਲਾਸਫੀ ਦੇ ਵਾਰਸ ਹਾਂ ਅਸੀਂ, ਸਾਡਾ ਅੱਜ ਦੇ ਸਮੇਂ 'ਚ ਕੀ ਜਿਹੜਾ ਰੋਲ ਹੈ ਜਾਂ ਕੀ ਹੋਣਾ ਚਾਹੀਦਾ, ਇਸ ਨੂੰ ਮੁੱਖ ਰੱਖਦੇ ਹੋਏ ਮੈਂ ਸਮਝਦਾ ਕਿ ਸੰਘਰਸ਼ ਵੀ ਲੜੋ, ਲੇਕਿਨ ਸੰਘਰਸ਼ ਦਾ ਟੀਚਾ ਸਪਸ਼ਟ ਹੋਵੇ ਕਿ ਅਸੀਂ ਮਤਲਬ ਮਹਿਜ ਸੰਘਰਸ਼ ਲਈ ਸੰਘਰਸ਼ ਨਹੀਂ ਲੜ ਰਹੇ, ਜਿਵੇਂ ਸੱਤਾ ਲਈ ਸੱਤਾ ਕਰ ਲੈਣਾ, ਦੂਜੇ ਸੰਘਰਸ਼ ਲਈ ਸੰਘਰਸ਼ ਲੜਦੇ ਪਏ ਨੇ, ਸਰਕਾਰ ਦੀ ਟ੍ਰੈਪ ਹੋ ਰਿਹਾ ਅਸੀਂ, ਉਹ ਟ੍ਰੈਪ 'ਚੋਂ ਨਿਕਲੀਏ ਅਤੇ ਦੁਨੀਆ ਨੂੰ ਦੱਸੀਏ ਕਿ ਅਸੀਂ ਕੌਣ ਲੋਕ ਹਾਂ, ਸਾਡਾ ਮਕਸਦ ਕੀ ਹੈ, ਅਸੀਂ ਆਪਣੇ ਵਿਸ਼ਵ ਪੱਧਰ ਤੱਕ ਅਰਥ ਲੱਭ ਰਹੇ ਹਾਂ ਕਿ ਅਸੀਂ ਕੌਣ ਲੋਕ ਹਾਂ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਸਾਜਿਆ, ਔਰ ਇਸ ਪ੍ਰਥਾ ਮੈਂ ਫਿਰ ਜਿਹੜਾ ਆਪਣੀ ਰਿਹਾਈ ਤੋਂ ਬਾਅਦ ਮੈਂ ਆਪਣਾ ਫਰਜ਼ ਸਮਝਦੇ ਹੋਏ ਕਲਮ ਨਾਲ ਲੜਾਈ ਲੜ ਰਿਹਾ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਮੈਂ ਕਲਮ ਨਾਲ ਲੜਾਈ ਲੜ ਰਿਹਾ, ਜਾਂ ਅਸੀਂ ਗੱਲ ਕਰੀਏ ਕਿ ਕਿਤੇ ਤੁਹਾਨੂੰ ਲੱਗਦਾ ਕਿ ਅੱਜ ਦੇ ਜਿਹੜਾ ਯੂਥ ਆ, ਜਿਹੜੀ ਅੱਜ ਦੀ ਜਨਰੇਸ਼ਨ ਆ, ਜਿਹੜੀ ਅੱਜ ਮਾਡਰਨ ਜ਼ਮਾਨੇ ਦੇ ਵਿੱਚ ਕਿਤੇ ਨਾ ਕਿਤੇ ਉਹ ਬੁੱਕਸ ਨਾਲ ਨਹੀਂ ਜੁੜ ਰਹੀ, ਫਿਰ ਤੁਸੀਂ ਬੁੱਕਸ ਦੇ ਜ਼ਰੀਏ ਕਿਸ ਤਰ੍ਹਾਂ ਇਹ ਪ੍ਰਚਾਰਕ ਸ਼੍ਰੇਣੀ ਤੱਕ ਉਹ ਪ੍ਰਚਾਰ ਕਰਕੇ ਉਹ ਚੀਜ਼ ਪਹੁੰਚਾਓਗੇ ਜੋ ਅਸੀਂ ਦੇਣਾ ਚਾਹੁੰਦੇ ਹਾਂ ਪੰਥ ਨੂੰ? ਦੇਖੋ, ਇਹ ਗੱਲ ਦੀ ਅਸੀਂ ਆਪਣੇ ਆਪ 'ਤੇ ਬਿਲਕੁਲ ਨਾ ਮੰਨ ਲਈਏ ਕਿ ਬੁੱਕਸ ਲੋਕ ਪੜ੍ਹਦੇ ਨਹੀਂ। ਦੇਖੋ, ਦੋ ਗੱਲਾਂ ਹੁੰਦੀਆਂ ਨੇ, ਇੱਕ ਤਾਂ ਛੋਟੇ ਛੋਟੇ ਟ੍ਰੈਕਟ ਜਿਹੜੇ ਕਿ ਗੁਰਬਾਣੀ ਦਾ ਵਿਆਖਿਆ ਕਰਦੇ ਜਾਂ ਗੁਰਬਾਣੀ ਦੇ ਕਿਸੇ ਨਾ ਕਿਸੇ ਸ਼ਬਦ ਦੀ ਵਿਆਖਿਆ ਕਰਦੇ ਜਾਂ ਪ੍ਰਚਾਰ ਵਾਸਤੇ ਇੱਕ ਚੰਗਾ ਮਨੁੱਖ ਬਣਾਉਣ ਵਾਸਤੇ ਜੋ ਗੁਰਬਾਣੀ ਕਹਿੰਦੀ ਉਹ ਯਤਨ ਕਰਦੇ ਆ। ਲੇਕਿਨ ਦੂਸਰਾ ਮੁੱਦਾ ਹੁੰਦਾ ਹੈ ਕਿ ਅਸੀਂ ਮਨੁੱਖ ਜਿਹੜਾ ਸਿੱਖੀ ਦਾ ਸਿਰਜਿਆ, ਸਿੱਖੀ ਦੇ ਸਾਂਚੇ 'ਚ ਢਲਿਆ ਮਨੁੱਖ ਹੈ, ਉਹਨੇ ਅੱਗੇ ਕੀ ਕਰਨਾ,
ਕਿਹੋ ਜਿਹੇ ਸਮਾਜ ਲਈ ਕੰਮ ਕਰਨਾ, ਔਰ ਉਹਦੇ ਵਾਸਤੇ ਜਿਹੜਾ ਅੱਜ ਦਾ ਸਮਾਂ ਹੈ ਉਹ ਤੁਸੀਂ ਕਹੋ, ਚਾਹੇ ਜਿਤਨਾ ਮਰਜ਼ੀ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕਰੋ, ਲੇਕਿਨ ਸੋਸ਼ਲ ਮੀਡੀਆ ਦੇ ਲਾ ਕਿਤਾਬਾਂ ਦਾ ਯੁੱਗ ਰਹੇਗਾ ਹੀ ਰਹੇਗਾ। ਕਿਤਾਬਾਂ ਪੜ੍ਹਨੀਆਂ ਵੱਖਰਾ ਵੱਖਰਾ ਮੁੱਦਾ, ਇਹ ਭਾਵੇਂ ਸਾਡੇ ਸਿੱਖਾਂ ਦੀ ਸਾਰੀਆਂ ਦੀ ਪ੍ਰੋਬਲਮ ਹੈ, ਲੇਕਿਨ ਕਿਤਾਬਾਂ ਤੋਂ ਹੀ ਮੈਸੇਜ ਆਏਗਾ, ਚਾਹੇ ਉਹਨੂੰ ਸੋਸ਼ਲ ਮੀਡੀਆ 'ਚ ਟ੍ਰਾਂਸਲੇਟ ਕਰ ਲਓ, ਉਹਨੂੰ ਸ਼ੋਰਟ ਕਰ ਲਓ, ਲੇਕਿਨ ਮੈਸੇਜ ਜਿਵੇਂ ਕਿਤਾਬ ਹੈ। ਹੁਣ ਇਹ ਕਿਤਾਬ ਜਿਹੜੀ ਹੈ ਵਿਸਮਾਦੀ ਵਿਸ਼ਵ ਆਰਡਰ ਜਿਹੜਾ ਹੈ, ਵਿਸ਼ਵ ਸੱਭਿਆਚਾਰਾਂ ਦਾ ਬਹੁਤ ਸੰਘ ਹੈ, ਇਹ ਤੁਸੀਂ ਅਗਰ ਇੱਕ ਮਿੰਟ 'ਚ ਗੱਲ ਕਰੋ ਕਿ ਮੈਂ ਇੱਕ ਮਿੰਟ 'ਚ ਗੱਲ ਕਰ ਸਕਦਾ, ਅਤੇ ਜੇਕਰ ਇਸ ਨੂੰ ਤੁਸੀਂ ਬਹੁਤ ਡਿਟੇਲ 'ਚ ਕਰੋ। ਜ਼ਰੂਰ ਸਾਨੂੰ ਦੱਸਿਆ ਜਾਵੇ ਕਿ ਤੁਸੀਂ ਵਿਸਮਾਦੀ ਵਿਸ਼ਵ ਅਵਾਰਡਸ ਬੁੱਕਸ ਬਹੁਤ ਵੱਡੀ ਵੀ ਹੈਗੀ ਆ, ਕਈ ਵਾਰ ਪੜ੍ਹਨ ਦੇ ਵਿੱਚ ਵੀ ਬੱਚਿਆਂ ਨੂੰ ਦਿੱਕਤ ਆ ਸਕਦੀ ਹੈ, ਪਰ ਅਸੀਂ ਕੀ ਇਹਦੇ ਵਿੱਚ ਤੁਸੀਂ ਮੈਸੇਜ ਪੰਥ ਲਈ ਜਾਂ ਕੌਮ ਲਈ ਲਿਖਿਆ, ਤੁਸੀਂ ਉਹ ਸਾਨੂੰ ਜ਼ਰੂਰ ਦੱਸੋ। ਦੇਖੋ ਇਹ ਮੇਰੀ 11ਵੀਂ ਕਿਤਾਬ ਹੈ ਜੀ, 1995 ਤੋਂ ਲੈ ਕੇ। ਚਲੋ ਮੈਂ ਪਿਛਲੀ ਕਿਤਾਬਾਂ ਦੀ ਗੱਲ ਨਹੀਂ ਕਰਦਾ, ਮੈਂ ਕਿਤਾਬ 2006 'ਚ ਲਿਖੀ ਸੀ ਸਿੱਖ ਵਿਜ਼ਨ 2025। ਉਦੋਂ ਮੇਰੇ ਤੋਂ ਸਵਾਲ ਕੀਤਾ ਗਿਆ ਸੀ ਕਿ 25 ਤੋਂ ਤੁਸੀਂ ਕੀ ਭਾਵ ਰੱਖਦੇ ਹੋ, ਅਤੇ ਮੈਂ ਸਮਝਦਾ ਕਿ 25 ਸਾਲ ਦੇ ਵਿੱਚ ਜਨਰੇਸ਼ਨ ਜਿਹੜੀ ਹੈ ਇੱਕ ਜਵਾਨ ਹੋ ਜਾਂਦੀ ਹੈ ਜਾਂ ਜਵਾਨ ਜਨਰੇਸ਼ਨ ਅੱਗੇ ਕੰਮ ਕਰ ਲੈਂਦੀ ਹੈ, ਲੇਕਿਨ ਇੱਕ ਤਰ੍ਹਾਂ ਦਾ ਆਪਣੇ ਸਾਹਮਣੇ ਮਕਸਦ ਚਾਹੀਦਾ ਨਾ ਜੀ, ਵੀ ਅਸੀਂ 25 ਤੱਕ ਕੀ ਕਰਨਾ। ਸਾਡਾ ਦੁਖਾਂਤ ਇਹ ਹੈ ਕਿ ਸਾਡੀਆਂ ਸੰਸਥਾਵਾਂ ਕੋਲ ਕੋਈ ਵਿਜ਼ਨ ਨਹੀਂ ਹੈ, ਉਹ ਕੰਮ ਤਾਂ ਕਰ ਰਹੀਆਂ ਨੇ ਲੇਕਿਨ ਵਿਦਆਊਟ ਵਿਜ਼ਨਲੈਸ ਕੌਮ ਹੈ, ਅਸੀਂ ਏਜੰਡਾ ਲੈਸ ਐਂਡ ਵਿਜ਼ਨਲੈਸ, ਇਹ ਬੜਾ ਦੁੱਖ ਨਾਲ ਕਹਿਣਾ ਪੈ ਰਿਹਾ। ਸੋ ਜਦੋਂ ਮੈਂ ਕਿਤਾਬ ਲਿਖਦਾ ਜਾਂ ਮੈਂ ਕਿਤਾਬ ਲਿਖੀ ਹੈ, ਤਾਂ ਇੱਕ ਪਾਸੇ ਤਾਂ ਮੇਰੇ ਸਾਹਮਣੇ ਸਿੱਖੀ ਦਾ ਉਹ ਮਾਡਲ ਦੇਣ ਦੀ ਗੱਲ ਹੈ, ਸ਼ਾਸਕੀ ਮਾਡਲ ਅਤੇ ਸਮਾਜਿਕ ਧਾਰਮਿਕ ਸੱਭਿਆਚਾਰਕ ਅਤੇ ਵਿੱਦਿਅਕ ਮਾਡਲ ਦੇਣ ਦੀ ਪ੍ਰੇਰਨਾ ਸੀਗੀ ਕਿ ਘੱਟੋ ਘੱਟ ਅਸੀਂ 300 ਸਾਲ ਹੋ ਗਏ ਨੇ ਸਾਨੂੰ, ਅਸੀਂ ਵੱਡਾ ਵੱਡੇ ਕਰਕੇ ਰਣਜੀਤ ਸਿੰਘ ਦਾ ਰਾਜ ਵੀ ਕੀਤਾ, ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ 5 ਸਾਲ 25 ਸਾਲ ਹੋਰ ਰਾਜ ਕੀਤਾ, ਬੰਦਾ ਸਿੰਘ ਬਾਦਲ ਨੇ ਵੀ ਕੀਤਾ, ਲੇਕਿਨ ਸਾਡੇ ਕੋਲ ਉਸ ਤਰੀਕੇ ਨਾਲ ਕੋਈ ਆਈਡੀਆਲੋਜੀਕਲ ਜਾਂ ਵਿਚਾਰਧਾਰਕ ਫਿਲੋਸਫੀਕਲ ਮਾਡਲ ਨਹੀਂ ਹੈ ਕਿ ਅਸੀਂ ਕਿਸ ਮਾਡਲ ਦੇ ਆਧਾਰ 'ਤੇ ਲੋਕਾਂ ਨੂੰ ਰਾਜ ਕਰਨਾ। ਸੋ ਇਸ ਕਰਕੇ ਮੈਂ ਸਮਝਿਆ ਕਿ ਇੱਕ ਤਾਂ ਸਾਡੀ ਸਿੱਖਾਂ ਨੂੰ ਮੈਂ ਇਸ ਕਿਤਾਬ ਰਾਹੀਂ ਇਹ ਦੱਸਣ ਯਤਨ ਕੀਤਾ ਕਿ ਭਾਈ ਗੁਰਬਾਣੀ ਅਨੁਸਾਰ ਜਿਹੜਾ ਸਿੱਖੀ ਦਾ ਪ੍ਰਸ਼ਾਸਨਿਕ ਮਾਡਲ ਬਣਦਾ ਉਹ ਇਹ ਹੈ, ਠੀਕ ਹੈ ਜੀ। ਦੂਸਰਾ ਹੈ ਕਿ ਦੁਨੀਆ ਦੇ ਕੀ ਹਾਲਾਤ ਨੇ, ਕਿਉਂਕਿ ਸਾਡੀ ਸਿੱਖ ਵਿਚਾਰਧਾਰਾ ਦਾ ਜਿਹੜਾ ਦੋ ਪਾਸੇ ਉਸਦੀ ਮਤਲਬ ਅਪਰੋਚ ਹੈ, ਇੱਕ ਪੰਜਾਬ ਸਾਡੀ ਜੜ੍ਹਾਂ ਨੇ, ਕਿਉਂਕਿ ਜੜ੍ਹਾਂ ਜਦ ਤੱਕ ਮਜ਼ਬੂਤ ਨਹੀਂ ਹੋਣਗੀਆਂ ਉਦੋਂ ਤੱਕ ਅਸੀਂ ਵੱਡਾ ਬੂਟਾ ਵੀ ਨਹੀਂ ਬਣ ਸਕਾਂਗੇ, ਫਲਦਾ ਨਹੀਂ ਬਣ ਸਕਦਾ। ਤੁਹਾਨੂੰ ਲੱਗਦਾ ਨਹੀਂ ਕਿਤੇ ਪ੍ਰਚਾਰਕ ਸ਼੍ਰੇਣੀ ਦੇ ਵਿੱਚ ਵੀ ਘਾਟ ਰਹਿ ਗਈ ਹੈ ਕਿ ਜਿਹੜਾ ਸਾਡੀ ਕੌਮ ਨੂੰ ਮੈਸੇਜ ਮਿਲਣਾ ਚਾਹੀਦਾ ਸੀ, ਜਾਂ ਜਿੱਥੇ ਅਸੀਂ SGPC ਦੀ ਗੱਲ ਕਰੀਏ ਜਾਂ ਫਿਰ ਕਈ ਜਥੇਬੰਦੀਆਂ ਦੀ ਗੱਲ ਕਰੀਏ, ਵੀ ਹੁਣ ਤੱਕ ਕਿੱਥੇ ਕਮੀ ਰਹਿ ਗਈ ਕਿ ਅੱਜ ਜਿੱਥੇ ਆਪਾਂ ਪ੍ਰਚਾਰਕ ਸ਼੍ਰੇਣੀ ਨੂੰ ਪੰਥ ਦਾ ਥੰਮ ਦੱਸਿਆ ਜਾਂਦਾ, ਪਰ ਉਹ ਕਿਤੇ ਨਾ ਕਿਤੇ ਉਹਨਾਂ ਦੀ ਕਮੀ ਰਹਿ ਗਈ ਹੈ ਕਿ ਜਿਹੜਾ ਸਾਡਾ ਅੱਜ ਜੋ ਹਾਲਾਤ ਸਾਡੀ ਕੌਮ ਦੇ ਬਣੇ ਹੋਏ ਨੇ। ਨੇਚੁਰਲੀ ਜੇਕਰ ਸਾਡੇ ਹਾਲਾਤ ਇਸ ਤਰ੍ਹਾਂ ਦੇ ਬਣੇ ਨੇ, ਤਾਂ ਉਹ ਜਿਨ੍ਹਾਂ ਦੇ ਲੋਕਾਂ ਦੀ ਜ਼ਿੰਮੇਵਾਰੀ ਸੀ ਔਰ ਉਹ ਫੇਲ ਹੋਏ, ਤਾਂ ਉਹਦਾ ਇੱਕ ਕਾਰਨ ਇਹ ਵੀ ਤਾਂ ਹੈ ਨਾ ਜੀ, ਵੀ ਪ੍ਰਚਾਰਕ ਸ਼੍ਰੇਣੀ ਅੱਜ ਸਥਾਨਕ ਜੇ ਸ਼ੈਲ ਦੇ ਵਿੱਚ ਬੰਦ ਹੋ ਕੇ ਰਹਿ ਗਈ ਹੈ, ਜਿਵੇਂ ਆਪਾਂ ਗੁਫਾ 'ਚ ਬੰਦ ਹੈ, ਉਹ ਖੁੱਲ੍ਹ ਨਹੀਂ ਰਹੀ। ਗੁਰਬਾਣੀ ਦੀ ਵਿਆਖਿਆ ਉਹ ਧਰਾਤਲ 'ਤੇ ਹੀ ਕਰਦੇ ਨੇ, ਵਿਸ਼ਵ ਪ੍ਰਪੇਖਸ਼ ਨਹੀਂ ਕਰਦੇ। ਜੇ ਮਤਲਬ ਨੌਜਵਾਨ ਹੈ, ਨੌਜਵਾਨ ਨੇਚੁਰਲੀ ਐਡਵੈਂਚਰਸ ਹੁੰਦਾ, ਕੁਛ ਅੱਗੇ ਕਰਨਾ ਚਾਹੁੰਦਾ, ਉਸ ਨੂੰ ਉਸਦੇ ਹੱਥ ਕੁਝ ਅਸੀਂ ਹਥਿਆਰ ਫੜਾਵਾਂਗੇ ਵਿਚਾਰਧਾਰਾ ਦਾ, ਤਾਂ ਹੀ ਉਹ ਕੰਮ ਕਰੇਗਾ ਨਾ ਜੀ, ਕਿਉਂਕਿ ਉਹਦਾ ਮੁਕਾਬਲਾ ਕਿਹਦੇ ਨਾਲ ਹੈ? ਮੁਕਾਬਲਾ ਉਹਨਾਂ ਦਾ ਵੈਸਟ ਦੀ ਨੌਜਵਾਨ ਪੀੜ੍ਹੀ ਨਾਲ ਹੈ, ਮੁਕਾਬਲਾ ਉਹਦਾ ਕਮਿਊਨਿਸਟਾਂ ਨਾਲ ਹੈ, ਮੁਕਾਬਲਾ ਉਹਦਾ ਹਿੰਦੂਤਵ ਨਾਲ ਹੈ, ਮੁਕਾਬਲਾ ਉਹਦਾ ਹੋਰ ਸਥਾਨਕ ਜਿਹੜੇ ਇਸ਼ੂਜ਼ ਹੁੰਦੇ ਨੇ ਉਹ ਨਾਲ ਹੈ। ਉਸ ਨੂੰ ਪ੍ਰਚਾਰਕਾਂ ਨੇ ਕੀ ਦਿੱਤਾ ਵਿਚਾਰਧਾਰਕ ਸਿੱਧ? ਉੱਥੇ ਮੈਂ ਕਿਹਾ ਗੈਪ ਪੈ ਗਿਆ ਕਿ ਉਹਨਾਂ ਨੇ ਕੇਵਲ ਗੁਰਬਾਣੀ ਦੀ, ਮੈਂ ਨਹੀਂ ਕਹਿੰਦਾ ਵੀ ਉਹਨਾਂ ਨੇ ਗਲਤ ਕਰਦੇ ਨੇ, ਲੇਕਿਨ ਇਸ ਤੋਂ ਅੱਗੇ ਤਾਂ ਵਧੋ ਨਾ, ਨਾਮ ਜਪਣਾ, ਵੰਡ ਛਕਣਾ, ਕਿਰਤ ਕਰਨਾ ਦਾ ਸਿਧਾਂਤ ਹੈ, ਇਹਦੇ ਵੱਡੇ ਪ੍ਰਪੇਖ ਲੈ ਲਓ।
ਕਿ ਨੈਤਿਕਤਾ ਤੌਰ 'ਤੇ ਗੁਰਬਾਣੀ ਦੀ ਇੱਕ ਅਧਿਆਤਮਿਕ ਸਿਕਸ਼ਿਤ ਹੋਣੀ ਚਾਹੀਦੀ ਹੈ। ਦੂਸਰਾ ਵੰਡ ਛਕੋ ਜੋ ਮਤਲਬ ਇਸ ਵੇਲੇ ਕੁਦਰਤ ਦੇ ਸੋਮੇ ਨੇ ਉਸ ਦੇ ਆਧਾਰ 'ਤੇ ਕਿਵੇਂ ਸਟੇਟ ਦਾ ਵਿੱਚ ਇੱਕ ਐਸੀ ਕਿਹੜਾ ਸਿਸਟਮ ਬਣਾਇਆ ਜਾਏ ਕਿ ਹਰ ਬੰਦਾ ਖੁਸ਼ ਰਹੇ, ਵੰਡ ਛਕੋ ਕੇ ਨਾ ਜੀ। ਤੀਸਰਾ ਹੈ ਕਿਰਤ ਕਰੋ। ਕਿਰਤ ਕਰਨ ਨਾਲ ਕੀ ਹੈ ਕਿ ਜਿਹੜੀ ਸਾਡੇ 'ਚ ਕਹਿ ਸਕਦੇ ਹਾਂ ਕਿ ਸੁੱਚੀ ਸੁੱਚੀ ਕਿਰਤ ਕਰਦੇ ਹਾਂ ਕਿ ਚੰਗੀ ਸ਼ਖਸੀਅਤ ਬਣਦੀ ਹੈ ਉਹਦੇ ਤੱਕ ਸੀਮਿਤ ਹੈ, ਲੇਕਿਨ ਇਸ ਨੂੰ ਅੱਗੇ ਲੈ ਕੇ ਜਾਓ ਨਾ। ਸੋ ਮੈਂ ਸਮਝਦਾ ਕਿ ਪ੍ਰਚਾਰਕਾਂ ਨੂੰ ਇਸ ਵੇਲੇ ਕਿਤਾਬ ਜਿਹੜੀ ਹੈ ਜੋ ਹੋਰ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ, ਇਸ ਵੇਲੇ ਦੇਖੋ ਮੁਕਾਬਲਾ ਪੂੰਜੀਵਾਦ ਨਾਲ ਹੈ, ਵੈਸਟਰਨ ਕਲਚਰ ਨਾਲ ਹੈ। ਕੌਮਨਿਜ਼ਮ ਜਿਹੜਾ ਹੈਗਾ ਉਹ ਡਾਊਨਫਾਲ ਵਿੱਚ ਚਲਾ ਗਿਆ, ਪਰ ਫਿਰ ਵੀ ਵਿਚਾਰ ਤੱਕ ਤੋਂ ਉੱਥੇ ਖੜ੍ਹੇ ਨੇ ਉਹ। ਹਿੰਦੂਤਵ ਨਾਲ ਹੈ, ਉਹਨਾਂ ਦਾ ਇੱਕ ਏਜੰਡਾ ਹੈ, ਹਿੰਦੂ ਸਰਕਾਰ ਬਣ ਗਈ 65 ਸਾਲ ਬਾਅਦ ਉਹਨਾਂ ਨੇ ਮਹੱਤਵ ਕੀਤਾ। ਸਿੱਖ ਨੌਜਵਾਨ ਇਹੋ ਜਿਹੀ ਵਿਚਾਰਧਾਰਾ ਚਾਹੁੰਦਾ ਹੈ ਜਿਹੜੀ ਕਿ ਉਹਨਾਂ ਨੂੰ ਉਹ ਆਪਣੇ ਪੰਥ ਲਈ ਕੰਮ ਕਰਨ ਲਈ ਪ੍ਰੇਰਿਤ ਕਰੇ ਔਰ ਦੂਜਿਆਂ ਨਾਲ ਮੁਕਾਬਲੇ ਵਿੱਚ ਵੀ ਆਵੇ। ਜਿੱਥੇ ਆਪਾਂ ਤੁਹਾਡੀ ਬੁੱਕਸ ਦੀ ਗੱਲ ਕਰਦੇ ਕਰਦੇ ਤੁਸੀਂ ਉਹ ਗੱਲ ਵਿੱਚ ਪੂਰੀ ਨਹੀਂ ਕਰ ਸਕੇ, ਵਿਸਮਾਦੀ ਵਿਸ਼ਵ ਅਵਾਰਡ ਦੇ ਵਿੱਚ ਤੁਸੀਂ ਆਰਡਰ ਇਸ ਬੁੱਕਸ ਦੇ ਵਿੱਚ ਤੁਸੀਂ ਕੀ ਮੈਸੇਜ ਦਿੱਤਾ ਪੰਥ ਨੂੰ, ਜਿਹੜਾ ਕਿ ਕੁਝ ਕੁ ਸ਼ਬਦਾਂ ਵਿੱਚ ਸਾਨੂੰ ਜ਼ਰੂਰ ਇਸ ਬਾਰੇ ਦੱਸੋ। ਦੇਖੋ, ਇੱਕ ਤਾਂ ਪਹਿਲਾਂ ਵਿਸਮਾਦ ਨੂੰ ਸਮਝਣਾ ਪਏਗਾ। ਮੈਂ ਵਿਸਮਾਦੀ ਕਿਉਂ ਕਹਿ ਰਿਹਾ ਜਾਂ ਕਿਸੇ ਹੋਰ ਵਿਸ਼ੇਸ਼ਣ ਕਿਉਂ ਨਹੀਂ ਲਾਇਆ? ਦੇਖੋ, ਵਿਸਮਾਦ ਮੀਨਸ ਆਨੰਦਿਤ ਜੀ, ਆਨੰਦਿਤ ਮੀਨਸ ਇੱਕ ਬੜਾ ਸਫਲ ਜੀਵਨ ਜੀਣਾ, ਸੰਤੁਸ਼ਟੀ ਭਰਿਆ, ਸਹਿਜ ਵਾਲਾ, ਆਨੰਦ ਵਾਲਾ। ਜਿਹੜੀ ਗੁਰਬਾਣੀ ਹੈ ਨਾ ਜੀ, ਗੁਰਬਾਣੀ 'ਚ ਜਿਹੜਾ ਜਿਸ ਤਰ੍ਹਾਂ ਦਾ, ਦੇਖੋ ਦੁਨੀਆਂ ਦੀਆਂ ਜਿਹੜੀਆਂ ਧਰਮ ਨੇ, ਫਿਲੋਸਫੀਜ਼ ਨੇ, ਉਹ ਜਿਹੋ ਜਿਹੇ ਰੱਬ ਦੀ ਇੰਟਰਪ੍ਰੀਟੇਸ਼ਨ ਕਰਦੇ ਨਾ ਜੀ, ਉਹੋ ਜਿਹਾ ਹੀ ਉਹਨਾਂ ਦਾ ਫਲਸਫਾ ਬਣ ਜਾਂਦਾ। ਇਹ ਡਿਟੇਲਜ਼ ਨਾ ਜਾਈ, ਬਸ ਇੰਨੀ ਗੱਲ ਕਾਫੀ ਹੈ ਕਿ ਰੱਬ ਦੀ ਜੋ ਇੰਟਰਪ੍ਰੀਟੇਸ਼ਨ ਬਣੀ ਉਹਨਾਂ ਦੀ, ਰੱਬ ਦੀ ਜੋ ਹੋਣ ਦਾ ਕਨਸੈਪਟ ਹੈ, ਉਹਦੇ ਮੁਤਾਬਕ ਉਹਨਾਂ ਨੇ ਆਪਣੀ ਫਿਲੋਸਫੀ ਘੜੀ ਹੈ। ਜਿਹੜੀ ਸਾਡਾ ਸਿੱਖ ਫਿਲੋਸਫੀ ਅਨੁਸਾਰ ਜੋ ਪਰਮਾਤਮਾ ਦੀ ਵਾਹਿਗੁਰੂ ਦੀ ਸੋਚ ਮਤਲਬ ਹੈ ਨਾ, ਉਹ ਸ਼ਖਸੀਅਤ ਜਾਂ ਸ਼ਕਤੀ, ਉਹ ਹੈ ਕਿ ਪਰਮਾਤਮਾ ਨੇ, ਇੱਕ ਸ਼ਕਤੀ ਨੇ ਆਪਣੇ ਆਪ ਤੋਂ ਪਹਿਲਾਂ ਆਪਣੇ ਨੂੰ ਸਾਜਿਆ, ਫਿਰ ਉਹਨੇ ਕੁਦਰਤ ਸਾਜੀ ਅਤੇ ਉਹ ਕੁਦਰਤ ਵਿੱਚ ਸਮਾ ਗਿਆ। ਅਤੇ ਉਹ ਗੁਰਬਾਣੀ ਕਹਿੰਦੀ ਹੈ, ਤੂੰ ਅਚਰਜ ਕੁਦਰਤ ਤੇਰੀ ਬਿਸਮਾ, ਨਾਨਕ ਸੱਚ ਦਾਤਾਰ ਸ਼ਨਾਖਤ ਕੁਦਰਤੀ। ਸੋ ਸਾਡਾ ਫਲਸਫਾ ਕੁਦਰਤ ਬੇਸਡ ਹੈ। ਜਿਹੜੀ ਕੁਦਰਤ ਨਾਲ ਜਦੋਂ ਸੁਣਦੇ ਹਾਂ, ਪੁੱਛਦੇ ਹਾਂ, ਤਾਂ ਕੁਦਰਤ ਨੇ ਜਦੋਂ ਪ੍ਰੇਰਨਾ ਲੈਂਦੇ ਹਾਂ, ਸਿਰ ਸਿਧਾਂਤ ਵਿਸਮਾਦ ਪੈਦਾ ਹੁੰਦਾ, ਆਨੰਦਿਤ ਜੀਵਨ ਜੀਂਦੇ ਹਾਂ। ਇਸ ਕਰਕੇ ਇਹਦਾ ਸਾਡਾ ਵਿਸ਼ਵ ਆਰਡਰ ਹੈ, ਇਹ ਆਨੰਦਿਤ ਜੀਵਨ ਦਾ ਇੱਕ ਆਧਾਰ ਬਣਦਾ। ਜਦੋਂ ਕਿ ਦੂਸਰੇ ਜਿਹੜੇ ਸਿਧਾਂਤ ਨੇ ਉਹਦੇ 'ਚ ਪੂੰਜੀ ਕੇਂਦਰ 'ਚ ਹੈ, ਪੂੰਜੀ ਕਮਾਓ, ਪੈਸਾ ਕਮਾਓ, ਬਸ ਉਹ ਜੋ ਕੁਛ ਕਰਨਾ ਕਰੋ, ਆਨੰਦ ਮਤਲਬ ਜਿਹੜਾ ਰੂਹਾਨੀ ਆਨੰਦ ਜਾਂ ਕੁਦਰਤ ਨਾਲ ਨਾ ਜੁੜੋ, ਕੁਦਰਤ ਦੂਰ ਲੈ ਗਿਆ ਸਾਨੂੰ ਪੂੰਜੀਵਾਦ। ਸੋ ਮੈਂ ਜਿਹੜਾ ਅੱਜ ਦਾ ਵਰਲਡ ਆਰਡਰ ਹੈ, ਜਿਹਨੂੰ ਅਮੈਰੀਕਾ ਵਰਲਡ ਆਰਡਰ ਅਮੈਰੀਕਾ ਨੇ ਦਿੱਤਾ ਹੋਇਆ, ਉਹਦੇ 'ਚ ਲੜਾਈ ਹੈ, ਝਗੜੇ ਨੇ, ਕਨਫਰੰਟੇਸ਼ਨਸ ਨੇ, ਸਿਵਲਾਈਜੇਸ਼ਨ ਦਾ ਕਲੈਸ਼ ਹੈ, ਉਹਨੂੰ ਮਾਰੋ, ਉਹਨੂੰ ਮਾਰੋ, ਉਹਨੂੰ ਮਾਰੋ, ਕਿ ਸਾਰਾ ਵਿਸ਼ਵ ਉਲਝਿਆ ਪਿਆ। ਮੈਂ ਇਹਦੇ ਵਿੱਚ ਇਸ ਨੂੰ ਦੂਜਾ ਸਬ ਟਾਈਟਲ ਲੈ ਕੇ ਵਿਸ਼ਵ ਸੱਭਿਆਚਾਰਾਂ ਦਾ ਬਹੁਤ ਸੰਗ, ਕਿਉਂਕਿ ਜਿਹੜਾ ਸਾਡੇ ਕੋਲ ਮਾਡਲ ਹੈ ਉਹ ਨੇਸ਼ਨ ਸਟੇਟ ਮਾਡਲ ਹੈ, ਕਿ ਭੂਗੋਲਿਕ ਖੇਤਰ ਦੇ ਵਿੱਚ ਮੈਜੋਰਿਟੀ ਦਾ ਰਾਜ ਆ ਜਾਏ ਅਤੇ ਉਹਦਾ ਮਤਲਬ ਜੋ ਖੁੱਲ੍ਹੀ ਛੱਡਤੀ ਜਾਵੇ, ਉਹ ਜੋ ਮਰਜ਼ੀ ਕਰਨ। ਲੇਕਿਨ ਜਿਹੜਾ ਸਿੱਖੀ ਦਾ ਮਾਡਲ ਹੈ ਜਾਂ ਕੁਦਰਤ ਮੁਖੀ ਮਾਡਲ ਹੈ, ਉਹ ਸੱਭਿਆਚਾਰ ਹੈ, ਕਿ ਸੱਭਿਆਚਾਰ ਕੁਦਰਤ ਦੀ ਪੈਦਾਇਸ਼ ਹੈ। ਉਹ ਜਿਹੜੇ ਲੋਕਾਂ ਕੋਲ ਰਾਜ ਆ ਗਿਆ ਉਹ ਮੈਜੋਰਿਟੀ ਵਾਲੇ ਨੇ, ਲੇਕਿਨ ਜਿਹਨਾਂ ਕੋਲ ਰਾਜ ਨਹੀਂ ਆਇਆ ਉਹ ਘੱਟ ਗਿਣਤੀ ਆ ਗਈ, ਅਤੇ ਜਾਂ ਸੱਭਿਆਚਾਰ ਘੱਟ ਗਿਣਤੀ ਵਾਲੇ ਨੇ। ਸੋ ਮੈਂ ਇਸ ਨੂੰ ਵਿਸ਼ਵ ਸੱਭਿਆਚਾਰਾਂ ਦਾ ਬਹੁਤ ਸੰਗ ਕਿਹਾ, ਕਿ ਸਾਰੇ ਸੱਭਿਆਚਾਰਾਂ ਦਾ ਇੱਕ ਸੰਘ ਬਣਾਇਆ ਜਾਏ, ਜਿਹੜਾ ਕਿ ਜਿਸ ਦੇ ਵਿੱਚ ਕਿ ਪੰਜਾਬ ਦੇ ਵਿੱਚੋਂ ਜਿਹੜੀ ਸਿੱਖੀ ਹੈ ਇਹ, ਔਰ ਪੰਜਾਬ ਦੇ ਨਾਲ ਇੱਕ ਤਰ੍ਹਾਂ ਮੈਂ ਇਸ ਨੂੰ ਵਿਸਮਾਦੀ ਲਾਂਘਾ ਵੀ ਕਹਿਣਾ, ਜਿਹੜੀ ਮੈਂ ਇਸ ਨੂੰ ਜਿਹੜੀ ਅੱਜ ਕਰਤਾਰਪੁਰ ਦਾ ਲਾਂਘਾ ਦੀ ਗੱਲ ਚੱਲਦੀ ਹੈ, ਅਤੇ ਮੈਂ ਚਾਹੁੰਦਾ ਵੀ ਇਹ ਲਾਂਘਾ ਮਹਿਜ਼
ਲੋਕਾਂ ਦੇ ਆਉਣ ਜਾਣ ਵਾਸਤੇ ਜਾਂ ਗੁਰਦੁਆਰੇ ਦਰਸ਼ਨ ਤੱਕ ਨਾ ਸੀਮਤ ਰਹੇ। ਇਹ ਜਿਹੜੀ ਕਿਤਾਬ ਹੈ ਗੁਰਕਿਰਪਾ ਦੇ ਨਾਲ 2019 'ਚ ਆਈ ਹੈ, ਅਤੇ 2019 'ਚ ਅਸੀਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਵਸ ਮਨਾ ਰਹੇ ਹਾਂ। ਪਿਛਲੀਆਂ ਸ਼ਤਾਬਦੀਆਂ ਦੇ ਤਜਰਬੇ ਮੁੱਖ ਰੱਖਦੇ ਹੋਏ ਮੈਂ ਸਮਝਦਾ ਕਿ ਇਹ ਕਿਤਾਬ ਜਿਹੜੀ ਹੈ ਉਹ ਵੱਡੀ ਦਸਤਾਵੇਜ਼ ਹੈ ਜਿਹੜਾ ਕਿ ਵਿਸ਼ਵ ਵਿਸਮਾਦੀ ਵਿਸ਼ਵ ਦਾਰਸ਼ਨਿਕ ਲੰਘ ਹੈ। ਜਿੱਦਾਂ ਇੱਕ ਸਿਰਾ ਭਾਰਤ ਵਿੱਚ ਨਾਲ ਜੁੜਦਾ, ਇੱਕ ਪਾਸਾ ਜਿਹੜਾ ਦੁਸ਼ਮਣ ਦੁਨੀਆ ਨਾਲ ਜੁੜਦਾ ਥਰੂ ਇਸਲਾਮਿਕ ਵਰਲਡ। ਸੋ ਮੈਂ ਸਮਝਦਾ ਕਿ ਕਿਤਾਬ ਜਿਹੜੀ ਹੈ ਪ੍ਰਚਾਰਕ ਪੜ੍ਹਨ, ਨੌਜਵਾਨ ਡਿਬੇਟ ਕਰਨ, ਵਿਦਵਾਨ ਡਿਬੇਟ ਕਰਨ, ਇਹਦਾ ਟ੍ਰਾਂਸਲੇਸ਼ਨ ਹੋ ਜਾਏ ਇੰਗਲਿਸ਼ ਦੇ ਵਿੱਚ ਤਾਂ ਦੁਨੀਆ ਤੱਕ ਜਾਵੇ। ਔਰ ਇਹ ਕਿਤਾਬ ਜਿਹੜੀ ਹੈ ਮਤਲਬ ਇੱਕ ਤਰ੍ਹਾਂ ਦੀ ਨੋਬਲ ਪ੍ਰਾਈਜ਼ ਵਾਸਤੇ ਵੀ ਜਾ ਸਕਦੀ ਹੈ, ਐਡੀ ਮਤਲਬ ਸਟੱਫ ਅੱਛਾ ਲਿਖਿਆ ਗਿਆ ਇਹਦੇ 'ਚ। ਸੋ ਮੈਂ ਸਮਝਦਾ ਕਿ ਮੇਰਾ ਇੱਕ ਯਤਨ ਹੈ ਕਿ ਮੈਂ ਆਪਣੀਆਂ ਲਿਖਤਾਂ ਰਾਹੀਂ ਕਹੋ ਦੇਖੋ ਜਿਹੜੀ ਜਿਵੇਂ ਕਿਸੇ ਮਕਾਨ ਬਣਾਉਂਦੇ ਹਾਂ ਆਮ ਤੌਰ 'ਤੇ ਕਹਿੰਦੇ ਕਿ ਜਿਹੜੀ ਇੱਟ ਲੱਗ ਗਈ ਉਹ ਅਲੱਗ ਹੀ ਮਕਾਨ ਬਣ ਜਾਂਦਾ। ਇਹਦੇ ਜਿਹੜੇ ਵਿਚਾਰ ਆਉਂਦੇ ਨੇ ਵੱਡੇ ਵੱਡੇ ਸਾਈਜ਼ ਬਣ ਜਾਂਦੇ, ਲੇਕਿਨ ਵਿਚਾਰਾਂ ਦਾ ਇੰਨਾ ਹੜ ਹੁੰਦਾ ਹੈ ਕਿ ਮੈਂ ਉਹਦੇ 'ਚ ਉਹਨੂੰ ਕਲਮਬੰਦ ਕਰ ਦਿੰਦਾ। ਸੋ ਮੈਂ ਸਮਝਦਾ ਕਿ ਇੱਥੋਂ ਪ੍ਰੇਰਨਾ ਲਈ ਜਾਏ, ਇੱਕ ਨਵਾਂ ਵਿਸਮਾਦੀ ਸਕੂਲ ਆਫ ਥਾਟ ਜਿਹੜਾ ਮੈਂ ਵਿਕਸਿਤ ਕਰ ਰਿਹਾ, ਔਰ ਸਿਲਸਿਲੇ ਜਿਹੜੇ ਹੁੰਦੇ ਨੇ ਜਿਵੇਂ ਸਕੂਲਸ ਆਫ ਥਾਟ, ਇਹੀ ਕੌਮ ਨੂੰ ਅੱਗੇ ਲੈ ਕੇ ਜਾਂਦੇ। ਸਾਡਾ ਗੁਰੂ ਨਾਨਕ ਸਾਹਿਬ ਸਿੱਖ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ, ਜੀਵਨ ਤੋਂ ਬਾਅਦ ਜੋ ਸਿੱਖਾਂ ਕੋਲ ਆਇਆ ਤਾਂ ਧਾਰਮਿਕ ਸਕੂਲ ਆਫ ਥਾਟ ਤਾਂ ਬੜੇ ਬਣੇ ਨੇ, ਲੇਕਿਨ ਦਾਰਸ਼ਨਿਕ ਸਕੂਲ ਆਫ ਥਾਟ ਨਹੀਂ ਵਿਕਸਿਤ ਹੋਇਆ। ਜਿਹੜੀ ਮੇਰੀਆਂ ਪੁਸਤਕਾਂ ਜਿਹੜੇ ਮੇਰੇ ਵਰਗੀਆਂ ਹੋਰ ਲੋਕਾਂ ਦੀ ਪੁਸਤਕਾਂ ਨੇ, ਜਿਵੇਂ ਸਰਦਾਰ ਕਪੂਰ ਸਿੰਘ ਸਕੂਲ ਆਫ ਥਾਟ ਬਣ ਵਿਕਸਿਤ ਹੋਇਆ, ਇਸ ਤਰ੍ਹਾਂ ਕਿਤਾਬ ਜਿਹੜੀ ਹੈ ਨਵਾਂ ਸਕੂਲ ਆਫ ਥਾਟ ਵਿਕਸਿਤ ਕਰਦੀ ਹੈ, ਅਤੇ ਲੋਕਾਂ ਕੋਲ ਜਾਣੀ ਚਾਹੀਦੀ ਹੈ, ਪੜ੍ਹਨੀ ਚਾਹੀਦੀ ਹੈ। ਇਹਦੇ ਵਾਸਤੇ ਸਾਡਾ ਸਮਾਗਮ ਵੀ ਹੋ ਰਹੇ ਨੇ, ਅਨੰਦਪੁਰ ਸਾਹਿਬ ਅਸੀਂ ਪਰਸੋਂ ਕਰਾਇਆ ਸੀ, ਉਹ ਜਥੇਦਾਰ ਸ੍ਰੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇ ਕੀਤਾ, ਔਰ ਉਹਨੇ ਕਿਹਾ ਵੀ ਇਹ ਮਾਨਵ ਸਮਾਜ ਨੂੰ ਬੜੀ ਸੇਵਾ ਦਿੱਤੀ ਜਿਹੜੀ ਦਿਸ਼ਾ ਦੇਣ ਵਾਲੀ ਕਿਤਾਬ ਹੈ। ਸੋ ਇਹ ਬਾਕੀ ਦੇਖੋ ਸਮੇਂ 'ਤੇ ਡਿਪੈਂਡ ਕਰਦਾ ਕਿ ਜੇਕਰ ਅਸੀਂ ਸਮਾਂ ਰਹਿੰਦੇ ਜਿਹੜੀਆਂ ਇਸ ਤਰ੍ਹਾਂ ਦਿਸ਼ਾ ਲੈਣ ਵਾਲੀ ਕਿਤਾਬਾਂ ਨੇ ਉਹਨਾਂ ਨੂੰ, ਕਿਉਂਕਿ ਮਜਬੂਰੀ ਹੁੰਦੀ ਹੈ, ਲੋੜ ਵੀ ਹੁੰਦੀ ਹੈ, ਜਦੋਂ ਲੋੜ ਪੈਦਾ ਹੁੰਦੀ ਹੈ ਤਾਂ ਲੋੜ ਲਈ ਲੋਕ ਤੁਰ ਪੈਂਦੇ ਨੇ। ਸੋ ਇਹ ਕਿਤਾਬ ਜਿਹੜੀ ਹੈ ਕਿ ਲੋੜ ਹੈ ਪੰਥ ਦੀ, ਔਰ ਇਸ ਨੂੰ ਅਗਰ ਅੱਗੇ ਲੈ ਕੇ ਜਾਈਏ ਤਾਂ ਜਿਹੜਾ ਦਿਵਸ ਮਨਾ ਰਹੇ ਹਾਂ ਅਸੀਂ ਇਹ ਬੜਾ ਸਾਰਥਕ ਹੋ ਜਾਏਗਾ। ਜਿਸ ਤਰ੍ਹਾਂ ਆਪਾਂ ਗੱਲ ਕਰੀਏ ਕਿ ਤੁਹਾਡੇ ਵਰਗੇ ਹੋਰ ਵੀ ਰਾਈਟਰ ਹੈ ਜਿਹੜੇ ਕਿ ਆਪਣਾ ਫਰਜ਼ ਤਾਂ ਨਿਭਾ ਰਹੇ, ਪਰ ਅਗਰ ਹੱਲ ਵੱਲ ਅਸੀਂ ਚੱਲੀਏ ਕਿ ਅੱਜ ਕੌਮ ਦੀ ਇੱਕ ਦੁਰਦਸ਼ਾ ਨੂੰ ਅਸੀਂ ਠੀਕ ਕਰ ਲਈਏ, ਕੀ ਇੱਦਾਂ ਦੇ ਹੱਲ ਕੱਢੀਏ ਕਿ ਜਿਹੜਾ ਕਿ ਇੱਕ ਏਜੰਡੇ ਦੇ ਥੱਲੇ ਇਕੱਤਰ ਹੋ ਕੇ ਇਹ ਸਾਰੇ ਸਾਡੇ ਜਿਹੜੀ ਕਿ ਦੁਵਿਧਾਵਾਂ ਆ ਗਈਆਂ ਦਸ਼ਾ ਜਿਹੜੀ ਠੀਕ ਹੋ ਸਕੇ। ਸਭ ਤੋਂ ਪਹਿਲਾਂ ਤਾਂ ਗਲੀਬਾ ਇਹ ਹੈ ਕਿ ਪਿਛਲੇ 50 ਸਾਲ ਦੇ ਵਿੱਚ ਸਾਡੀਆਂ ਸੰਸਥਾਵਾਂ ਕਮਜ਼ੋਰ ਹੋ ਗਈਆਂ ਨੇ, ਜਿਹਨਾਂ ਲੋਕਾਂ ਨੇ ਰਾਜ ਕੀਤਾ ਜਾਂ ਜਿਹਨਾਂ ਕੋਲ SGPC ਜਾਂ ਜਿਹਨਾਂ ਕੋਲ ਇਹ ਸਾਰੇ ਪ੍ਰਬੰਧ ਸੀਗੇ, ਉਹਨਾਂ ਨੇ ਅਕਾਲ ਤਖ਼ਤ ਸਭ ਵੀ ਕਰਤਾ। ਕਿਸੇ ਵੀ ਅਕਾਲ ਤਖ਼ਤ ਦੀ ਬੜਕ ਹੁੰਦੀ ਸੀ, ਫੁੰਕਾਰਾ ਹੁੰਦਾ ਸੀ, ਅੱਜ ਉਹ ਕਮਜ਼ੋਰ ਹੋ ਗਈ ਹੈ। SGPC ਵੀ ਇੱਕ ਮਤਲਬ ਬਹੁਤ ਕਮਜ਼ੋਰ ਹੋ ਗਈ ਹੈ, ਨਵਾਂ ਕੁਛ ਨਹੀਂ ਦੇ ਰਿਹਾ। ਤੀਸਰਾ ਸਾਡੀ ਰਾਜਨੀਤੀ ਕਮਜ਼ੋਰ ਹੋ ਗਈ ਹੈ। ਚੌਥਾ ਸਾਡਾ ਵਿੱਦਿਅਕ ਪ੍ਰਣਾਲੀ ਕਮਜ਼ੋਰ ਹੋ ਗਈ ਹੈ। ਇਸ ਸਿਸਟਮ ਦੇ ਵਿੱਚ ਅਸੀਂ ਸਾਡੇ ਵਿੱਦਿਅਕ ਜਿਹੜੇ ਹਿਊਮਨ ਰਿਸੋਰਸ ਡਿਵੈਲਪ ਹੋਣੇ ਨੇ, ਕਿਉਂਕਿ ਵਿੱਦਿਅਕ ਸੰਸਥਾ ਰਾਹੀਂ ਹੁੰਦਾ, ਅਸੀਂ ਵਿੱਦਿਆ ਰਾਹੀਂ ਵੀ ਕੁਝ ਨਹੀਂ ਦੇ ਪਾਏ। ਭਾਰਤੀ ਸਿਸਟਮ ਨੂੰ ਅਸੀਂ ਅਡੋਪਟ ਕਰਕੇ ਉਸੇ ਅਨੁਸਾਰ ਜਿਹੜਾ ਸਾਡਾ ਸਿੱਖ ਨੌਜਵਾਨ ਹੈ ਉਹ ਇਹਨਾਂ ਸਕੂਲਾਂ 'ਚੋਂ ਨਿਕਲ ਕੇ ਪੰਥ ਜੋਗਾ ਰਹਿੰਦਾ ਹੀ ਨਹੀਂ। ਪੰਥ ਦੀ ਸੇਵਾ ਲਈ ਫਿਰ ਮਾਤਾ ਪਿਤਾ ਦੀ ਜ਼ਿੰਮੇਵਾਰੀ ਆ ਜਾਂਦੀ ਹੈ। ਮਾਤਾ ਪਿਤਾ ਜਿੰਨਾ ਕੁ ਸਿੱਖ ਨੌਜਵਾਨਾਂ ਨੂੰ ਸੇਧ ਦੇ ਸਕਦੇ ਦੇ ਰਹੇ ਨੇ। ਸੋ ਮੈਂ ਸਮਝਦਾ ਕਿ 4-5 ਚੀਜ਼ਾਂ ਅਗਰ ਸਾਡੀਆਂ ਸ਼ਕਤੀਸ਼ਾਲੀ ਹੋ ਜਾਣ, ਇੱਕ ਅਕਾਲ ਤਖ਼ਤ ਸਾਹਿਬ ਦੀ ਸ਼ਕਤੀ ਮਜ਼ਬੂਤ ਹੋ ਜਾਏ, ਅਕਾਲ ਤਖ਼ਤ ਸਾਹਿਬ ਨੂੰ ਕੋਈ ਖਤਰਾ ਨਹੀਂ, ਲੇਕਿਨ ਜਥੇਦਾਰਾਂ ਨੇ ਤਾਂ ਅਗਵਾਈ ਕਰਨੀ ਹੁੰਦੀ ਹੈ ਨਾ ਜੀ। ਇਸ ਨੂੰ ਮੈਂ ਮਤਲਬ ਇਹਦੇ ਮੁੱਖ ਰੱਖ ਕੇ ਮੈਂ 2 ਕਿਤਾਬਾਂ ਲਿਖੀਆਂ ਸੀ, ਅਕਾਲ ਤਖ਼ਤ ਸਾਹਿਬ ਦੀ ਗਲੋਬਲ ਦ੍ਰਿਸ਼ਟੀ ਅਤੇ ਅਕਾਲ ਤਖ਼ਤ ਸਾਹਿਬ ਪੰਥਕ ਸਰੋਕਾਰ।
ਉਹ ਜਥੇਦਾਰ ਸਾਹਿਬ ਨੂੰ ਕੀ ਕਰਨਾ ਅਕਾਲ ਤਖਤ ਦੀ ਕੀ ਭੂਮਿਕਾ, ਪੂਰਾ 400-500 ਸਫੇ ਦਾ ਏਜੰਡਾ ਹੈ। ਅਨਫੋਰਚੁਨੇਟਲੀ ਉਹੀ ਗੱਲ ਜਿਵੇਂ ਤੁਸੀਂ ਕਹਿੰਦੇ ਹੋ ਵੀ ਪੜ੍ਹਦੇ ਨਹੀਂ ਜਾਂ ਉਹਦੇ ਪੜ੍ਹ ਕੇ ਮਚਲੇ ਬਣ ਜਾਂਦੇ ਨੇ। ਹੁਣ ਪਰਸੋਂ ਚੰਗੇ ਸਾਹਿਬ ਨੇ ਕਿਹਾ ਕਿ ਹਰਸਿਮਰਨ ਸਿੰਘ ਮੈਨੂੰ ਕਿਤਾਬ ਦੇ ਗਏ ਸੀ 3-4 ਸਾਲ ਪਹਿਲਾਂ, ਅਤੇ ਮੈਂ ਉਹਨੂੰ ਪੜ੍ਹੀ ਨਹੀਂ, ਅਤੇ ਜਦੋਂ ਮੈਂ ਕਿਤੇ ਲੈਕਚਰ ਦੇਣਾ ਸੀ ਅਤੇ ਉਹਦੀ ਮੈਨੂੰ ਲੋੜ ਪੈ ਗਈ ਮੈਂ ਕੀ ਕਹਾਂ, ਅਤੇ ਮੈਂ ਇਹਨਾਂ ਦੀ ਕਿਤਾਬ ਪੜ੍ਹ ਕੇ ਅਤੇ ਉੱਥੇ ਜਾ ਕੇ ਲੈਕਚਰ ਦੇ ਦਿੱਤਾ। ਹੁਣ ਇਹ ਕਿੰਨਾ ਸਮਾਂ ਲੰਘ ਗਿਆ, 4 ਸਾਲ ਲੰਘ ਗਏ, ਵੀ ਜਥੇਦਾਰ ਸਾਹਿਬ ਨੇ ਜਿਹੜੀ ਕਿਤਾਬ ਉਹਨਾਂ ਵਾਸਤੇ ਲਿਖੀ ਹੈ ਕਿ ਅਕਾਲ ਤਖਤ ਦੇ ਪੰਥਕ ਸਰੋਕਾਰ ਕੀ ਨੇ, ਉਸ ਨੂੰ ਵੇਖਣ ਹੀ 4 ਸਾਲ ਲਗਾ ਦਿੱਤੇ ਉਹਨਾਂ ਨੇ। ਨੁਕਸਾਨ ਕਿਹਦਾ ਹੋਇਆ? ਪੰਥ ਦਾ ਨੁਕਸਾਨ ਹੋ ਗਿਆ। ਸੋ ਜਥੇਬੰਦੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਮਜ਼ਬੂਤੀ ਨਾਲ ਕੰਮ ਕਰਨ, ਇਕੱਲੀ ਤੋਂ ਹਟ ਕੇ ਕੰਮ ਕਰਨ। ਆਮ ਤੌਰ 'ਤੇ ਜਿਹੜੀ ਸਟੱਡੀ ਸਰਕਲ ਜਾਂ ਹੋਰ ਜਥੇਬੰਦੀਆਂ ਨੇ, ਮਿਸ਼ਨੀ ਕਾਲਜ ਵੀ ਨੇ ਜੀ, ਉਹ ਆਪਣਾ ਇੱਕ ਉਹਨਾਂ ਨੇ ਬਾਉਂਡਰੀ ਜੀ ਬਣਾਈ ਹੋਈ ਹੈ ਕਿ ਇਸ ਤੋਂ ਬਾਹਰ ਨਿਕਲਣਾ ਹੀ ਨਹੀਂ ਅਸੀਂ। ਤੁਹਾਨੂੰ ਲੱਗਦਾ ਨਹੀਂ ਕਿ ਇਹ ਜਥੇਬੰਦੀਆਂ ਕਰਕੇ ਸਾਡੇ ਪੰਥ ਦਾ ਨੁਕਸਾਨ ਤਾਂ ਹੋਇਆ ਪਰ ਸਾਡੇ ਨੌਜਵਾਨਾਂ 'ਤੇ ਬਹੁਤ ਜ਼ਿਆਦਾ ਅਸਰ ਹੋਇਆ, ਜਿੱਥੇ ਅਸੀਂ ਗੱਲ ਕਰੀਦੀ ਕਿ ਅੱਜ ਗੁਰਸਿੱਖ ਜਾਂ ਗੁਰਮੁਖ ਬਹੁਤ ਘੱਟ ਮਿਲਦੇ ਆ ਪਰ ਮੋਨੇ ਸਾਨੂੰ ਬਹੁਤ ਜ਼ਿਆਦਾ ਮਿਲ ਗਏ, ਲੋਕ ਸਿੱਖੀ ਦੇ ਵਿੱਚੋਂ ਮਨਮੁੱਖ ਵੱਲ ਬਹੁਤ ਜ਼ਿਆਦਾ ਹੋ ਰਿਹਾ ਔਰ ਗੁਰਸਿੱਖੀ ਵੱਲ ਘੱਟ ਆ ਰਿਹਾ। ਦੇਖੋ ਜਿਹੜੇ ਸਾਡੇ ਵਿਰੋਧੀ ਨੇ, ਵਿਰੋਧੀ ਜਾਂ ਮਤਲਬ ਕਹਿ ਸਕਦੇ ਜਿਹੜੇ ਸਾਡੇ ਵਿਰੋਧ ਕੰਮ ਕਰ ਰਹੀਆਂ ਸੰਸਥਾਵਾਂ ਨੇ, ਜਥੇਬੰਦੀਆਂ ਨੇ, ਆਗੂ ਨੇ, ਉਹਨਾਂ ਦਾ ਪੱਕਾ ਏਜੰਡਾ ਹੈ ਕਿ ਸਿੱਖ ਇੱਕ ਮਾਰਸ਼ਲ ਕੌਮ ਹੈ, ਸਿੱਖ ਇੱਕ ਬਹਾਦਰ ਕੌਮ ਨੇ ਪਿਛਲੇ ਸਮਿਆਂ 'ਚ ਇੱਥੇ ਧਰਤੀ ਰਾਜ ਕੀਤਾ ਔਰ ਸੱਚ ਦੇ ਪਹਿਰਾ ਦੇਣ ਵਾਲੇ ਲੋਕ ਨੇ। ਉਹ ਆਪਣੇ ਤੌਰ 'ਤੇ ਸਾਡੀ ਸਿੱਖੀ ਨੂੰ ਔਰ ਸਾਡੇ ਸਿੱਖ ਸਮਾਜ ਨੂੰ ਵੀਕ ਕਰਨਾ ਚਾਹੁੰਦੇ ਨੇ, ਇਸ ਗੱਲ ਨੂੰ ਮੰਨ ਲਓ। ਔਰ ਉਹ ਔਰਗਨਾਈਜ਼ਡ ਨੇ, ਜਿਹੜੀ ਵੱਡੀ ਗੱਲ ਹੈ, ਔਰਗਨਾਈਜ਼ਡ ਨੇ, ਸੱਤਾ ਉਹਨਾਂ ਕੋਲ ਹੈ। ਜਿਹੜੀਆਂ ਸੰਸਥਾਵਾਂ ਸਾਡੇ ਖਿਲਾਫ਼ ਸੰਤ ਸਮਾਜ ਜਾਂ ਹੋਰ ਲੋਕ ਜਿਹੜੇ, ਚਾਹੇ ਉਹ ਸ਼ੁਰੂ 'ਚ ਨਿਰੰਕਾਰੀਏ ਨੇ, ਚਾਹੇ ਰਾਧਾ ਸਵਾਮੀ ਨੇ, ਚਾਹੇ ਉਹ ਬਾਬਾ ਸਰਸੇ ਵਾਲਾ ਹੈ ਜਾਂ ਹੋਰ ਜੋ ਲੋਕ ਨੇ, ਇਹਨਾਂ ਨੂੰ ਸ਼ੈਲਟਰ ਦਿੰਦੇ ਨੇ, ਇਹਨੂੰ ਸਰਪ੍ਰਸਤ ਬਣਦੇ ਨੇ, ਪੈਟਰਨਾਈਜ਼ ਕਰਦੇ ਨੇ। ਇਹ ਗੱਲ ਤਾਂ ਇਹ ਹੈ, ਇਹ ਸਾਡੇ ਵਿਰੋਧੀ ਖਰਚੇ ਨੇ। ਲੇਕਿਨ ਸਾਡੇ ਅੰਦਰੂਨੀ ਤੌਰ 'ਤੇ ਜਿਹੜੀ ਸਾਡੇ ਅੰਦਰ ਖੋਰ ਲੱਗੀ ਹੈ ਕਿ ਅਸੀਂ ਕੁਛ ਵੀ ਦੇ ਪਾ ਰਹੇ, ਇਸ ਕਰਕੇ ਨੌਜਵਾਨ ਤਾਂ ਉਲਝ ਗਏ ਨਾ ਜੀ। ਜਿਹੜੇ ਸਾਡੀ ਬੀਬੀਆਂ ਬੱਚੀਆਂ ਨੇ ਜਾਂ ਬੱਚੇ ਨੇ, ਉਹਨੇ ਇਹਦੇ ਆਰਥਿਕ ਕਾਰਨ ਵੀ ਨੇ ਕਿ ਆਰਥਿਕਤਾ ਤੌਰ 'ਤੇ ਅਸੀਂ ਉਹਨਾਂ ਨੂੰ ਮਜ਼ਬੂਤ ਨਹੀਂ ਕੀਤਾ। ਮਤਲਬ ਜਿਵੇਂ ਹੁਣ ਕਹਿ ਸਕਦੇ ਹਾਂ ਕਿ ਸਾਡੇ ਕੋਲ ਇੰਨਾ ਸਰਮਾਇਆ ਹੈ ਕਿ ਜੇਕਰ ਅਸੀਂ ਉਸ ਨੂੰ ਕੰਸਟਰਕਟਿਵ ਪਾਸੇ ਜਾਂ ਰੁਜ਼ਗਾਰ ਦੇਣ ਵਾਲੇ ਪਾਸੇ ਲੱਗੀਏ ਤਾਂ ਸਾਡੇ ਕੋਲ ਸਾਰੇ ਹੀ ਪੰਥ ਦੇ ਨੌਜਵਾਨ ਐਡਜਸਟ ਹੋ ਜਾਂਦੇ ਨੇ। ਜਾਂ ਜੇ ਮੰਨ ਲਓ ਸਾਡੇ ਕੋਲ ਜਿੰਨਾ ਗੁਰਦੁਆਰਾ ਤੰਤਰ ਬਣਿਆ ਸਾਰੀ ਦੁਨੀਆ 'ਚ, ਅਗਰ ਅਸੀਂ 40-50 ਹਜ਼ਾਰ ਰੁਪਏ ਤਨਖਾਹ ਤੋਂ ਸ਼ੁਰੂ ਕਰਕੇ ਉਸ ਗੁਰਦੁਆਰਿਆਂ ਦੇ ਵਿੱਚ ਵੱਡੇ ਇੱਕ ਸਟੈਂਡਰਡ ਦੇ ਪ੍ਰਚਾਰਕ ਅਤੇ ਗ੍ਰੰਥੀ ਸਿੰਘ ਲਗਾਉਣ ਦਾ ਹੀ ਇੱਕ ਪ੍ਰੋਜੈਕਟ ਲੈ ਲਈਏ ਤਾਂ ਸਾਡੇ ਘੱਟੋ ਘੱਟ 1 ਲੱਖ ਬੰਦਾ ਉਹ ਸੈੱਟ ਹੋ ਜਾਂਦਾ। ਸੋ ਇਹ ਇਹਨਾਂ ਕੰਮਾਂ 'ਤੇ ਅਸੀਂ ਨਹੀਂ ਲਗਾ ਰਹੇ ਜ਼ੋਰ, ਅਸੀਂ ਸ਼ੋਅ ਆਫ ਬਹੁਤ ਕਰ ਰਹੇ ਹਾਂ। ਇਹ ਮੇਰਾ ਨਗਰ ਕੀਰਤਨ, ਇਹ ਮੈਂ ਸੋਨੇ ਦੀ ਪਾਲਕੀ ਲੈ ਜਾਣੀ ਹੈ, ਮੈਂ ਉਹ ਕਰਨਾ। ਸੰਗਮਰਮਰ ਲਗਾਏ ਜਾਂਦੇ ਨੇ, ਵੱਡੇ ਵੱਡੇ ਸਵਾਦ ਲੰਗਰ ਪਕਾਏ ਜਾਂਦੇ ਨੇ। ਮੈਂ ਇੱਕ ਆਰਟੀਕਲ ਲਿਖਿਆ ਸੀ, ਜਿਤਨਾ 'ਚ ਖਰਚ ਕਰ ਚੁੱਕੇ ਹਾਂ ਉਹਨਾਂ 400 ਪ੍ਰੈਸ 'ਚ ਨਿਕਲ ਸਕਦੀ, ਪ੍ਰਿੰਟਿੰਗ ਪ੍ਰੈਸ ਯਾਨੀ ਅਖਬਾਰਾਂ ਨਿਕਲ ਸਕਦੀ, ਸੈਂਕੜੇ ਹਸਪਤਾਲ ਖੁੱਲ੍ਹ ਸਕਦੇ ਸੀ, ਕਿੰਨੇ ਚੈਨਲ ਬਣ ਸਕਦੇ ਸੀ। ਅੱਜ ਸਾਡੇ ਬੱਚੇ ਦੂਸਰੇ ਜਦੋਂ ਜਾਂਦੇ ਨੇ, ਪੰਜਾਬ 'ਚ ਕੋਈ IT ਸੈਕਟਰ ਨਹੀਂ ਖੁੱਲ੍ਹਿਆ, ਹੱਬ ਨਹੀਂ ਕੋਈ ਬਣਿਆ, ਜਿਵੇਂ ਨੋਇਡਾ ਬਣ ਗਿਆ ਜਾਂ ਗੁੜਗਾਓਂ ਬਣ ਗਿਆ ਜਾਂ ਬੈਂਗਲੌਰ ਬਣ ਗਿਆ, ਕਿਉਂ ਨਹੀਂ ਅਸੀਂ ਇੱਥੇ ਨੌਕਰੀਆਂ ਕੱਢਦੇ? ਸੋ ਮੈਂ ਸਮਝਦਾ ਕਿ ਸਾਡੀ ਸਾਰੀ ਦਿਸ਼ਾ ਜਿਹੜੀ ਹੈ ਉਜੜੀ ਪਈ ਹੋਈ ਹੈ। ਜੋ ਦਿਸ਼ਾ ਉਜੜੀ ਪੈ ਜਾਂਦੀ, ਦਸ਼ਾ ਖਰਾਬ ਹੋ ਜਾਂਦੀ, ਦਿਸ਼ਾ ਠੀਕ ਹੋਵੇ ਦਸ਼ਾ ਬਿਲਕੁਲ ਠੀਕ ਹੋ ਜਾਂਦੀ। ਸੋ ਮੇਰੀ ਅਪੀਲ ਹੈ, ਮੈਂ ਅਸੀਂ ਸਾਰਾ ਕੁਝ ਦਿੱਤਾ ਹੈ ਕਿ ਕਿਸ ਢੰਗ ਦੇ ਨਾਲ ਇਹ ਮਤਲਬ ਜਿਹੜਾ ਹੁਣ ਜਿਵੇਂ ਗੁਰਦੁਆਰਾ ਹੈ, ਗੁਰਦੁਆਰਾ ਕੇਂਦਰ ਸਾਡੇ ਮੂਲ ਧੁਰਾ ਹੈ। ਗੁਰਦੁਆਰਾ ਸਾਹਿਬਾਨ 'ਚ ਆ ਕੇ ਸੰਗਤ ਸਵੇਰੇ ਸ਼ਾਮ ਆਉਂਦੀ ਹੈ,
ਲੇਕਿਨ ਸਾਰਾ ਦਿਨ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਤਾਂ ਵਿਹਲੀ ਹੈ ਨਾ ਜੀ, ਕਿਉਂ ਨਹੀਂ ਇੱਕ ਪਿੰਡ ਦੇ ਜਨਰਲ 5 ਗੁਰਦੁਆਰੇ ਨੇ ਜਾਤ ਪਤਾਂ ਛੱਡ ਕੇ ਉਹਨੂੰ ਪਾਸੇ ਕਰੋ, ਉਹ ਮਤਲਬ ਤਾਲਮੇਲ ਕਮੇਟੀ ਬਣ ਜਾਏ ਗੁਰਦੁਆਰਿਆਂ ਦੀ, ਔਰ ਇੱਕ ਕਿਸੇ ਵੱਡੇ ਗੁਰਦੁਆਰੇ ਜਾਂ 2 ਗੁਰਦੁਆਰਿਆਂ 'ਚ ਉੱਥੇ ਜਿਮ ਖੁੱਲ੍ਹ ਜਾਣ, ਕੰਪਿਊਟਰ ਸੈਂਟਰ ਖੁੱਲ੍ਹ ਜਾਣ, ਕਲੀਨਿਕ ਖੁੱਲ੍ਹ ਜਾਣ, ਲਾਇਬ੍ਰੇਰੀ ਖੁੱਲ੍ਹ ਜਾਏ, ਗੁਰਮਤਿ ਟ੍ਰੇਨਿੰਗ ਸੈਂਟਰ ਖੁੱਲ੍ਹ ਜਾਣ, ਔਰ ਕੀ ਕਹਿੰਦੇ ਹਾਂ ਆਪਾਂ ਮਤਲਬ ਗੱਤਕਾ ਸਿਖਾਇਆ ਜਾਵੇ, ਸੋ ਇਹ ਅਗਰ ਸਿਖਾਇਆ ਜਾਏ ਉਸ ਪਿੰਡ ਦੇ ਹੀ 15-20 ਨੌਜਵਾਨ ਐਡਜਸਟ ਹੋ ਜਾਂਦੇ ਨੇ ਪਿੰਡ ਦੇ, ਔਰ ਨੌਜਵਾਨਾਂ 'ਚ ਕਿੰਨੀ ਆਏਗੀ ਉਹ ਸਿਹਤ ਪ੍ਰਤੀ ਚੇਤਨਾ, ਨਸ਼ੇ ਛੱਡੇ ਜਾਣਗੇ। ਪ੍ਰੈਕਟੀਕਲ ਦਾ ਕੰਮ ਕਰਦੇ ਨਹੀਂ ਅਸੀਂ, ਅਤੇ ਬੜਾ ਸੌਖਾ ਜਿਹਾ ਕੰਮ ਕਰਦੇ ਨੇ ਇੱਥੋਂ ਉੱਥੇ ਚੁੱਟ ਚੁੱਟ ਕੇ ਨਗਰ ਕੀਰਤਨ ਕਰ ਲਓ। ਸੋ ਇਹ ਕੌਮ ਦੇ ਆਗੂਆਂ ਦੇ ਵਿੱਚ ਖਾਸ, ਦੇਖੋ ਸਾਡਾ ਨਾ ਤੁਰਾ ਅਕਾਲ ਤਖਤ ਹੈ, ਸਾਡਾ ਆਸ ਹੋਈ ਹੁੰਦੀ ਹੈ, ਜਦੋਂ ਉੱਥੋਂ ਉੱਥੇ ਹੀ ਸੋਕਾ ਪਿਆ ਹੈ ਤਾਂ ਪਾਣੀ ਕਿੱਥੋਂ ਆਏਗਾ। ਤੁਹਾਨੂੰ ਲੱਗਦਾ ਕਿ ਸਭ ਤੋਂ ਵੱਡਾ ਜ਼ਿੰਮੇਦਾਰ ਦੀ ਜੇ ਅਸੀਂ ਗੱਲ ਕਰੀਏ ਕਿ ਜਿਹੜਾ ਇਸ ਸਾਰੀ ਕੌਮ ਨੂੰ ਢਾਹ ਲਾਉਂਦੇ ਜਾਂ ਜਿੱਥੇ ਦਸ਼ਾ ਵਿਗਾੜਨ ਦੀ ਜੇ ਆਪਾਂ ਗੱਲ ਕਰਦੇ ਕਿ ਉਸ ਜਿਹੜੇ SDP ਜੀ ਅਕਾਲ ਤਖਤ ਸਾਹਿਬ ਹੈ? ਨਹੀਂ, ਇਹਦੇ ਵਾਸਤੇ ਰਾਜਨੀਤੀ ਜ਼ਿੰਮੇਵਾਰ ਹੈ ਜੀ। ਰਾਜਨੀਤੀ ਵੀ ਉਹ ਜਿਹੜੀ ਕਿ ਪਰਿਵਾਰਵਾਦੀ ਰਾਜਨੀਤੀ ਹੈ ਕਿ ਸਾਰ ਕੋ ਪਰਿਵਾਰ ਕੋਲ ਰਹਿ ਜਾਏ। ਜਦੋਂ ਦੇਖੋ ਪਰਿਵਾਰ ਤਿੱਕਰ ਅਸੀਂ ਪਰਿਵਾਰਵਾਦ ਵਾਲੀ ਰਾਜਨੀਤੀ ਹੁੰਦੀ, ਫਿਰ ਅਸੀਂ ਪਰਿਵਾਰ ਤੋਂ ਅੱਗੇ ਨਹੀਂ ਕੁਛ ਸੋਚਦੇ। ਰਣਜੀਤ ਸਿੰਘ ਨੇ ਵੀ ਇਹ ਗਲਤੀ ਕੀਤੀ ਸੀ ਕਿ ਉਹਨੇ ਖੜਕ ਸਿੰਘ ਤੋਂ ਅੱਗੇ ਸੋਚਿਆ ਹੀ ਨਹੀਂ ਸੀ। ਉਹ ਅੰਗਰੇਜ਼ਾਂ ਨੂੰ ਪੁੱਛਦਾ ਸੀਗਾ ਕਿ ਖੜਕ ਸਿੰਘ ਠੀਕ ਹੈ, ਤੁਹਾਨੂੰ ਪਸੰਦ ਆਉਂਦਾ? ਕਿਉਂਕਿ ਪਰਿਵਾਰਵਾਦ ਸੀ, ਕੁਰਬਾਨੀਆਂ ਪੰਥ ਨੇ ਕੀਤੀਆਂ, ਸ਼ਹਾਦਤਾਂ ਪੰਥ ਨੇ ਖਾਧੀਆਂ, ਅਤੇ ਪਰਿਵਾਰ ਨੂੰ ਕਿਉਂ ਪਾਲੀਏ ਅਸੀਂ? ਉਹ ਪੰਥ ਦੀ ਮਾਨਤ ਹੈ। ਹਰੀ ਸਿੰਘ ਨਲੂਆ ਨੇ ਇਹੀ ਕਿਹਾ ਸੀ ਨਾ ਕਿ ਖੜਕ ਸਿੰਘ ਮਾਲਕ ਨਹੀਂ ਹੈ, ਪੰਥ ਮਾਲਕ ਇਹਦਾ, ਪੰਥ ਫੈਸਲਾ ਕਰੇਗਾ ਤੇਰਾ ਵਾਰਸ ਕੌਣ ਹੋਏਗਾ। ਸੇਮ ਚੀਜ਼ ਬੀਬਾ ਇੱਥੇ ਪੰਜਾਬ 'ਚ ਸਰੀ ਹੋਈ ਹੈ। ਪਰਿਵਾਰਵਾਦ ਨੇ ਸਾਡੀ ਰਾਜਨੀਤੀ ਦਾ ਸੱਤਿਆਨਾਸ਼ ਕਰਤਾ, ਸਾਡੀ ਸੰਸਥਾਵਾਂ ਨੂੰ ਉੱਠਣ ਦਿੱਤੀ। ਮੈਂ ਖੁਦ ਕਹਾਂ ਇਸ ਚੀਜ਼ ਦਾ ਕਿ ਕਿਸੇ ਵੀ ਜਥੇਦਾਰ ਸਾਹਿਬ ਦੀ ਸ਼ਖਸੀਅਤ ਨੂੰ ਨਹੀਂ ਬਣ ਦਿੱਤਾ ਇਹਨਾਂ ਨੇ। ਮੈਂ 6 ਜਥੇਦਾਰ ਸਾਹਿਬ ਨੂੰ ਕੰਮ ਕੀਤਾ, ਬੜਾ ਉਹਨਾਂ ਨੂੰ ਕਿਹਾ ਤਕੜੇ ਹੋ, ਇਹ ਕਰੋ, ਆਹ ਕਰੀਏ, ਪਰ ਕਹਿੰਦੇ ਪਾਵੇ ਨਵਾਂ ਏਜੰਡਾ ਆਵੇ ਅਤੇ ਅਕਾਲ ਤਖਤ ਸਾਹਿਬ ਨੂੰ ਇਸ ਪ੍ਰਥਾ ਜਿਹੜੀ ਜਥੇਦਾਰ ਸਾਹਿਬਾਨ ਨੇ ਸੋਚਣਾ ਚਾਹੀਦਾ ਕਿ ਉਹ ਕਿਉਂ ਦਬਾਅ 'ਚ ਰਹਿੰਦੇ ਨੇ ਉਹ। ਜੀ ਅਸੀਂ ਅੱਜ ਵੀ ਗੱਲ ਕਰਦੇ ਹਾਂ ਕਿਉਂਕਿ ਜਿਹੜੀ ਨੌਜਵਾਨ ਪੀੜ੍ਹੀ ਉਹਨਾਂ ਕੋਲ ਨਵੀਂ ਸੋਚ ਹੁੰਦੀ ਆ, ਪਰ ਜਿੱਥੇ ਅਸੀਂ ਬਜ਼ੁਰਗਾਂ ਦੀ ਗੱਲ ਕਰਦੇ ਕਿ ਇੱਕ ਨਵੀਂ ਸੋਚ ਨੂੰ, ਇੱਕ ਨੌਜਵਾਨਾਂ ਨੂੰ ਉਹਨਾਂ ਦਾ ਥਾਪੜਾ ਚਾਹੀਦਾ, ਪਰ ਅੱਜ ਉਹਨਾਂ ਦਾ ਜਿਹੜਾ ਹੱਥ ਆ ਉਹ ਥਾਪੜਾ ਉਹ ਪਿੱਛੇ ਹਟਾਇਆ ਜਾਂਦਾ, ਕਿਤੇ ਨਾ ਕਿਤੇ ਸਾਡੇ ਨੌਜਵਾਨਾਂ ਨੂੰ ਅੱਗੇ ਕੀਤਾ ਜਾਵੇ ਤਾਂ ਸ਼ਾਇਦ ਸਾਡੀ ਕੌਮ ਦਾ ਕੋਈ ਭਵਿੱਖ ਉਜਵਲ ਹੋ ਸਕਦਾ। ਤੁਹਾਡਾ ਕੀ ਕਹਿਣਾ ਸੀ? ਇੱਥੇ ਮੈਂ ਸਮਝਦਾ ਜੀ ਕਿ ਅਸੀਂ ਮੈਂ ਚਲੋ ਕਾਰਨ ਤਾਂ ਲੱਭ ਰਹੇ, ਕੁਛ ਕਾਰਨ ਪੁੱਛ ਰਹੇ ਹੋ ਨਾ ਜੀ, ਅਤੇ ਮੈਂ ਸਮਝਦਾ ਵੀ ਜੇਕਰ ਕਾਰਨ ਹੀ ਬਣੇ ਰਹਿੰਦੇ ਨੇ ਉਹਦਾ ਉਹਦੀ ਸੁਧਾਈ ਨਹੀਂ ਹੁੰਦੀ, ਅਤੇ ਨੌਜਵਾਨ ਕੁਛ ਕੰਮ ਕਰਨਾ ਚਾਹੁੰਦੇ ਨੇ ਤਾਂ ਆਪ ਕਿਉਂ ਨਹੀਂ ਕਰਦੇ? ਦੇਖੋ ਪਾਣੀ ਦਾ ਪਿੱਛੋਂ ਤੁਹਾਨੂੰ ਲੱਗਦਾ ਨਹੀਂ ਕਿ ਉਹਨਾਂ ਨੂੰ ਮੌਕਾ ਹੀ ਨਹੀਂ ਦਿੱਤਾ ਜਾਂਦਾ? ਜਿੱਥੇ ਅਸੀਂ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਗੱਲ ਕਰਦੇ ਹਾਂ, ਉੱਧਰ ਵੀ ਵੱਧ ਤੋਂ ਵੱਧ ਸਾਡਾ ਜਿਹੜਾ ਕਿ ਨੌਜਵਾਨ ਪੀੜ੍ਹੀ ਨੂੰ ਪਿੱਛੇ ਕਰਕੇ ਅਤੇ ਬਜ਼ੁਰਗਾਂ ਨੂੰ ਜਾਂ ਹੋਰ ਓਲਡ ਏਜ ਵਾਲਿਆਂ ਨੂੰ ਅੱਗੇ ਲਾਇਆ ਜਾਂਦਾ? ਉਹ ਠੀਕ ਹੈ ਤੁਹਾਡੀ ਗੱਲ ਕਿ ਉਹ ਨਹੀਂ ਆਉਣ ਦਿੱਤਾ, ਮੌਕਾ ਨਹੀਂ ਆਉਣ ਦਿੱਤਾ ਜਾਂਦਾ ਜਾਂ ਉਹਨਾਂ ਨੂੰ ਐਕਸਪਲੋਇਟ ਕੀਤਾ ਜਾਂਦਾ। ਲੇਕਿਨ ਗੱਲ ਇਹ ਵੀ ਹੈ ਨਾ ਜੀ ਨਾਲ ਕਿ ਜੇਕਰ ਪਾਣੀ ਦਾ ਪਿੱਛੋਂ ਵਹਾਅ ਆ ਰਿਹਾ, ਪਿੱਛੇ ਇੱਕ ਅੱਗੇ ਇੱਕ ਪੱਥਰ ਆ ਗਿਆ, ਸਟੰਬਲਿੰਗ ਬਲੌਕ ਬਣ ਗਿਆ, ਤਾਂ ਪਾਣੀ ਦਾ ਸੁਭਾਅ ਹੁੰਦਾ ਕਿ ਵੱਖਰਾ ਰਸਤਾ ਬਣਾ ਕੇ ਲੰਘ ਜਾਂਦਾ। ਲੇਕਿਨ ਸਥਿਤੀ ਤਾਂ ਬਦਲਣੀ ਪਏਗੀ ਨਾ ਜੀ, ਇਹ ਸੀ ਸਥਿਤੀ ਗੱਲ ਤਾਂ ਨਹੀਂ ਬੈਠੀ ਬੈਠਾ ਵੀ ਇੱਥੇ ਹੀ ਹੋ ਜਾਏਗਾ, ਹੋਰ ਕੋਈ ਆ ਜਾਏਗਾ ਰਾਜਨੀਤਿਕ, ਹੋਰ ਕੋਈ ਜਥੇਦਾਰ ਕੁਛ ਵੀ ਨਹੀਂ ਕਰੇਗਾ। ਹੁਣ ਮੈਂ ਜਦੋਂ ਇੱਕ ਜਥੇਦਾਰ ਸਾਹਿਬ ਨਾਲ ਕੀਤਾ, ਮੈਂ ਕਿਹਾ ਇਹ ਮਸਲੇ ਹੱਲ ਕਰ ਦਿਓ ਤੁਸੀਂ, ਹੁਣ ਸਾਡੀ ਪੂਰੀ ਤਾਕਤ ਹੈ, ਧਾਰਮਿਕ ਮਸਲੇ ਨੇ, ਗੁਰੂ ਗ੍ਰੰਥ ਸਾਹਿਬ ਦੀ ਵਿੱਚ ਬਾਣੀ ਰਾਗ ਮਾਲ ਦਾ ਮਸਲਾ ਹੈ, ਕਈ ਤਰ੍ਹਾਂ ਦੇ ਮਸਲੇ ਬਣੇ ਹੋਏ ਨਾ ਜੀ। ਉਹ ਕਹਿੰਦੇ ਛੱਡੋ ਪਰੇ, ਅਸੀਂ ਆਪਣਾ ਸਮਾਂ ਲੰਘਾਈਏ, ਆਪਾਂ ਇੱਕ ਹੋਰ ਕਰ ਲਏਗਾ। ਹੁਣ ਕਿੰਨੀ ਮਤਲਬ ਕੈਜੂਅਲ ਅਪਰੋਚ ਹੈ,
ਕੁਛ ਤਾਂ ਉਹ ਵੀ ਦਬਾਅ 'ਚ ਨੇ, ਲੇਕਿਨ ਕੁਛ ਜਿਹੜੇ ਸਾਡੇ ਆਗੂ ਵੀ ਆ ਰਹੇ ਨੇ, ਚਾਹੇ ਉਹ ਧਾਰਮਿਕ ਨੇ ਚਾਹੇ ਉਹ ਕੋਈ ਵੀ ਨੇ, ਇੱਕ ਤਾਂ ਉਹ ਮਤਲਬ ਗ੍ਰੰਥੀ ਕਲਾਸ 'ਚੋਂ ਆਉਂਦੇ ਨੇ। ਤੁਹਾਨੂੰ ਲੱਗਦਾ ਨਹੀਂ ਕਿ ਜਥੇਬੰਦੀਆਂ ਤਾਂ ਖੁਦ ਹੀ ਆਪਣੀਆਂ ਕੁਰਸੀਆਂ ਨਹੀਂ ਛੱਡਣੀਆਂ ਚਾਹੁੰਦੇ? ਜਥੇਬੰਦੀਆਂ 'ਚ ਕਮਜ਼ੋਰੀ ਹੈ ਜੀ ਜਿਹੜਾ, ਕਿਉਂਕਿ ਇਹੀ ਹੈ ਨਾ ਜੀ ਕਿ ਜਦੋਂ ਜਥੇਬੰਦੀ ਇੱਕ ਆਗੂ ਆ ਗਿਆ ਉਹਨੂੰ ਹੋਰ ਕਿਤੇ ਸੈਟਲ ਹੋਣ ਦਾ ਮੌਕਾ ਨਹੀਂ ਮਿਲਦਾ ਜਾਂ ਹੋਰ ਸੇਵਾਵਾਂ ਕਰਨ ਦਾ ਮੌਕਾ ਨਹੀਂ ਮਿਲਦਾ, ਤਾਂ ਨੇਚਰਲੀ ਉਹ ਭਾਵੇਂ ਚਿੱਟੀ ਦਾੜੀ ਹੋ ਜਾਏਗੀ ਉਹ ਸਿੱਖਣਾ ਫੈਡਰੇਸ਼ਨ ਦਾ ਪ੍ਰਧਾਨ ਬਣਿਆ ਰਹੇਗਾ। ਯਾਨੀ ਕੋਈ ਹੋਰ ਜਥੇਬੰਦੀ, ਮੈਂ ਨਾਂ ਨਹੀਂ ਲੈਣਾ ਉਹਨਾਂ ਦਾ, ਉਹ ਮਤਲਬ 30-40 ਸਾਲ ਤੋਂ ਉੱਥੇ ਬੈਠੇ ਨੇ ਕਿ ਉਹ ਛੱਡ ਹੀ ਨਹੀਂ ਆਪਣੀ ਜਕੜ। ਸੋ ਕਿਉਂ ਨਾ ਅਸੀਂ ਇੱਕ ਨਵੇਂ ਤੌਰ 'ਤੇ ਇਸ 550 ਸਾਲ 'ਚ ਪੂਰਾ ਪੰਥ ਅਨੈਲਿਸਿਸ ਕਰੀਏ ਕਿ ਕੀ ਖੱਟਿਆ ਕੀ ਗਵਾਇਆ ਅਤੇ ਆਪਾਂ ਕੌਮ ਨੂੰ ਅੱਗੇ ਕਿਵੇਂ ਲੈ ਕੇ ਜਾਣਾ। ਆਫਟਰ 21 ਸਦੀ ਦੇ ਤੁਸੀਂ ਇੱਕ ਚੌਥਾਈ ਲੰਘ ਗਈ ਹੈ, ਤਾਂ ਮੈਂ ਵੀ ਸੋਚਦਾ ਕਿ 225 ਤੱਕ ਮੈਂ ਕੋਈ ਸੁਪਨਾ ਲਿਆ ਹੋਇਆ ਅਤੇ ਉਹਨੂੰ ਪੂਰਾ ਕਰੀਏ, ਤਾਂ ਮੈਂ ਸਮਝਦਾ ਕਿ ਇਸ ਵੇਲੇ ਲੋੜ ਹੈ ਕਿ ਅਸੀਂ ਬਿਲਕੁਲ ਪੂਰਾ ਨਵੇਂ ਸਿਰਿਓਂ ਪੰਥ ਦੇ ਵਿੱਚ ਕੁਝ ਲੋਕ ਬੈਠਣ। ਦੇਖੋ ਏਕ ਤੋਂ ਅਨੇਕ ਹੁੰਦਾ ਹੈ, ਸੋਚ ਬਣਦੀ ਹੈ ਅਤੇ ਸੋਚ ਅਨੁਸਾਰ ਜੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਾਏ ਇਮਾਨਦਾਰੀ ਨਾਲ, ਅਤੇ ਫਿਰ ਉਹ ਅਨੇਕ ਹੁੰਦਾ ਹੁੰਦਾ ਕ੍ਰਾਂਤੀ ਆ ਜਾਂਦੀ ਹੈ। ਇਸ ਤਰ੍ਹਾਂ ਹੀ ਹੁੰਦਾ ਜੀ, ਸੋ ਸੋਚਣ ਲੋਕ। ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਵਸ ਅਸੀਂ 300 ਸਾਲਾਂ ਮਨਾਇਆ 1999 'ਚ, ਉਹਦੇ 'ਤੇ ਲੱਖਾਂ ਹੀ ਲੋਕਾਂ ਨੇ ਅਨੰਦਪੁਰ ਸਾਹਿਬ ਦਰਸ਼ਨ ਕੀਤੇ, ਅਤੇ ਉਸ ਤੋਂ ਬਾਅਦ ਕਿੰਨੀਆਂ ਸ਼ਤਾਬਦੀਆਂ ਮਨਾ ਲਈਆਂ, ਲੇਕਿਨ ਨੈੱਟ ਰਿਜ਼ਲਟ ਤਾਂ ਦੇਖੀਏ ਤਾਂ ਕੁਝ ਨਹੀਂ ਨਿਕਲਿਆ ਨਾ ਜੀ। ਸੋ ਮੈਂ ਸਮਝਦਾ ਕਿ ਇਸ ਵੇਲੇ 550 ਸਾਲ ਦੇ ਵਿੱਚ ਅਸੀਂ ਇਹ ਜਿਹੜਾ ਅਨੈਲਿਸਿਸ ਕਰੀ, ਮੈਂ ਆਪਣੇ ਤੌਰ 'ਤੇ ਜਿੱਦਾਂ ਵੀ ਕਰ ਸਕਦਾ ਕਰ ਰਹੇ ਹਾਂ, ਲੇਕਿਨ ਮੈਨੂੰ ਪੰਥ ਦੇ ਸਹਿਯੋਗ ਦੀ ਲੋੜ ਹੈ।